ਦੀ ਵਾ ਇੱਕ ਆਤਪੁਰਖ ਕਰਤਾਰ ਕਰਨ ਕਾਰਨ ਸਭ ਆਪੇ ਸਰਪ ਰਹੋ ਪ੍ਰਪੂਰ ਸਗਲ ਘਟ ਰਹੋ ਵਿਆਪੇ ਵਿਆਪਤ ਦੇਖੀਐ ਜਗਤ ਜਾਣੇ ਕੌਣ ਤੇਰੀ ਗਤ ਸਰਬ ਕੀ ਰੱਖਿਆ ਕਰੇ ਆਪੇ ਹਰਪਤ ਅਬਿਨਾਸੀ ਵਕਤ ਆਪੇ ਆਪ ਉਤਪਤ ਇਕ ਤੂੰ ਹੀ ਇਕ ਅਨ ਨਾਹੀ ਤੁਮ ਪਤ ਹਰਿ ਅੰਤ ਨਾਹੀ ਪਾਰ ਆਵਾਰ ਕੌਣ ਹੈ ਕਰੇ ਵਿਚਾਰ ਜਗਤ ਪਿਤਾ ਹੈ ਸਰਬ ਪ੍ਰਾਣ ਕੋ ਆਧਾਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜਿਹੀ ਕੀ ਬਖਾਨੈ ਹਾਂ ਕੇ ਬਲ ਬਲ ਬਨ ਬਨ ਸਦ ਬਲੇ ਹਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਬੀ ਗਰਦਛੇ ਬੇਵਫਾਈ ਜਮਾ ਕੇ ਬੇਗੁਜਸਤ ਬਰ ਹਰ ਮਕੀਨੋ ਮਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਸਤਿਗੁਰੂ ਜੀ ਦੇ ਗੁਰੂ ਨਾਨਕ ਸਾਹਿਬ ਜੀ ਦੀ ਇਸ ਸੰਸਾਰ ਤੇ ਬੜੀ ਵੱਡੀ ਬਖਸ਼ਿਸ਼ ਕਿਰਪਾ ਹੋਈ ਕਿ ਮਹਾਰਾਜ ਅਵਤਾਰ ਧਾਰ ਕੇ ਆਏ ਧਰਤੀ ਦੀ ਪੁਕਾਰ ਸੁਣੀ ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਏ ਪਠਾਇਆ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕਰਕੇ 10 ਜਾਮੇ ਧਾਰੇ ਔਰ ਦਸਾਂ ਜਾਮਿਆਂ 'ਚ ਗੁਰੂ ਨਾਨਕ ਦੀ ਜੋਤ ਇੱਕੋ ਹੀ ਵਰਤੀ ਹੈ ਜੋਤਾਂ ਨਹੀਂ ਬਦਲੀਆਂ ਜਾਮੇ ਬਦਲੇ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਚ ਲਿਖਿਆ ਹੈ ਇੱਕ ਵਾਰੀ ਨਹੀਂ ਬਹੁਤ ਵਾਰੀ ਲਿਖਿਆ ਹੈ ਜੋਤ ਓਹਾ ਜੁਗਤ ਸਾਇ ਸੈ ਕਾਇਆ ਫੇਰ ਪਲਟੀਐ ਜੋਤ ਉਹੀ ਹੈ ਜੁਗਤੀ ਵੀ ਉਹੀ ਹੈ ਕਾਇਆ ਬਲਟੀ ਹੈ ਸਰੀਰ ਬਦਲੇਆ ਫਿਰ ਪਟਾਨੇ ਵੀ ਇਹ ਗੱਲ ਲਿਖੀ ਹੈ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਕਿ ਪ੍ਰਮਾਤਮਾ ਜੋਤ ਰੂਪ ਹੈ ਉਸੇ ਨੇ ਆਪਣਾ ਨਾਮ ਗੁਰੂ ਨਾਨਕ ਰਖਾ ਲਿਆ ਪ੍ਰਮਾਤਮਾ ਗੁਰੂ ਨਾਨਕ ਦੇ ਰੂਪ ਵਿੱਚ ਦੁਨੀਆ ਤੇ ਆਇਆ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ ਗੁਰੂ ਨਾਨਕ ਸਾਹਿਬ ਤੋਂ ਹੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਪ੍ਰਗਟ ਹੋਏ ਉਹੀ ਰੂਪ ਉਹੀ ਜੋਤ ਜਿਵੇਂ ਇੱਕ ਰਾਜਾ ਆਪਣੇ ਦਰਬਾਰ ਦੇ ਵਿੱਚ ਹਰੇ ਰੰਗ ਦੇ ਕੱਪੜੇ ਪਾ ਕੇ ਆਉਂਦਾ ਹੈ ਅਗਲੇ ਦਿਨ ਉਹੀ ਰਾਜਾ ਚਿੱਟੇ ਕੱਪੜੇ ਪਾ ਲੈਂਦਾ ਹੈ ਉਹੀ ਰਾਜਾ ਉਸ ਤੋਂ ਅਗਲੇ ਦਿਨ ਨੀਲੇ ਕੱਪੜੇ ਪਾ ਲੈਂਦਾ ਹੈ ਉਹੀ ਰਾਜਾ ਉਸ ਤੋਂ ਅਗਲੇ ਦਿਨ ਲਾਲ ਕੱਪੜੇ ਪਾ ਲੈਂਦਾ ਰਾਜਾ ਤਾਂ ਨਹੀਂ ਬਦਲਦਾ ਕੱਪੜੇ ਬਦਲਦੇ ਹਨ ਇਸੇ ਤਰ੍ਹਾਂ ਗੁਰੂ ਪਰਮੇਸ਼ਰ ਦੀ ਜੋਤ ਨਹੀਂ ਬਦਲੀ ਜਾਮਾ ਬਦਲਿਆ ਹੈ ਤਾ ਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਗੁਰ ਥਿਰ ਕੀਓ ਗੁਰੂ ਅੰਗਦ ਦੇਵ ਜੀ ਨੇ ਕਿਰਪਾ ਕੀਤੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਆਪਣੀ ਜੋਤ ਆਪਣੀ ਥਾਂ ਤੇ ਬਿਠਾਇਆ ਨਿਵਾਜਿਆ ਪਿਉ ਦਾਦੇ ਜੇਵਹਾ ਪੋਤਾ ਪਰਵਾਨ ਪਿਉ ਦਾਦੇ ਵਰਗਾ ਪੋਤਰਾ ਹੋ ਗਿਆ ਪਿਉ ਦਾਦਾ ਤੋਂ ਭਾਵ ਹੈ ਦਾ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਦੇਵ ਜੀ ਤੇ ਫਿਰ ਗੁਰੂ ਅਮਰਦਾਸ ਜੀ ਤਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਗੁਰ ਥਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰੂ ਰਾਮਹਿ ਦਿਓ ਉਹੀ ਛਤਰ ਤਖਤ ਗੁਰੂ ਰਾਮਦਾਸ ਜੀ ਨੂੰ ਮਿਲਿਆ ਤੇ ਉਸੇ ਗੱਦੀ ਤੇ ਪੰਜਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਬੈਠੇ ਤੇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਉ ਨਿ ਦਿਆਵੈ ਤਾਏ ਸਭ ਥਾਈ ਹੋਏ ਸਹਾਈ ਉਹੀ ਜੋਤ ਹੁਣ ਆ ਗਈ ਦਸਵੇਂ ਪਾਤਸ਼ਾਹ ਵਿੱਚ ਗੁਰੂ ਨਾਨਕ ਦੀ ਦਸਵੀਂ ਗੱਦੀ ਦਸਵਾ ਜਾਮਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੀ ਗੱਦੀ ਤੇ ਇਸ ਵੇਲੇ ਬਿਰਾਜਮਾਨ ਹਨ ਜਹਰਾ ਜਹੂਰ ਹਾਜ਼ਰਾ ਹਜੂਰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਔਰ ਸਾਧ ਸੰਗਤ ਜੀ ਆਪਾਂ ਮਹਾਰਾਜ ਦੇ ਚਰਨਾਂ 'ਚ ਬੈਠੇ ਆਂ ਦਸਾਂ ਪਾਤਸ਼ਾਹਿਆਂ ਦੀ ਜੋਤ ਹਾਜ਼ਰ ਨਾਜ਼ਰ ਹੈ ਔਰ ਆਪਾਂ ਰੋਜ਼ ਗੁਰੂ ਕੀ ਬਾਣੀ ਦਾ ਪ੍ਰਵਾਹ ਚੱਲ ਰਿਹਾ ਹੈ ਜਫਰ ਨਾਮਾ ਸਾਹਿਬ ਦਾ ਉਹਦੀ ਕਥਾ ਦਾ ਆਨੰਦ ਮਾਣ ਰਹੇ ਆ ਮਹਾਰਾਜ 10ਵੇਂ ਪਾਤਸ਼ਾਹ ਔਰੰਗਜ਼ੇਬ ਨੂੰ ਹਰ ਪੱਖ ਤੋਂ ਸਮਝਾਇਆ ਹੈ ਹਰ ਪੱਖ ਤੋਂ ਔਰ ਉਹਦੀਆਂ ਕਮਜ਼ੋਰੀਆਂ ਕੱਢ ਦਿੱਤੀਆਂ ਨੇ ਬਚਨਾਂ ਦੇ ਨਾਲ ਸ਼ਬਦ ਦੇ ਨਾਲ ਉਹਦਾ ਹੰਕਾਰ ਤੋੜ ਦਿੱਤਾ ਮਹਾਰਾਜ ਕਹਿੰਦੇ ਤੂੰ ਗਾਫਲ ਮਸੌਈ ਸਪੰਧੀ ਸਰਾਇ ਕਿ ਆਲਮ ਬਗੁਰਜਿਤ ਕਸੇ ਜਾ ਬਜਾਏ ਔਰੰਗਜੇਬ ਤੂੰ ਸੁੱਤਾ ਪਿਆ ਸੁੱਤਾ ਵੀ ਐਸੀ ਥਾਂ ਤੇ ਜਿੱਥੇ ਸੌਣਾ ਨਹੀਂ ਚਾਹੀਦਾ ਕਿੱਥੇ ਨਹੀਂ ਸੌਣਾ ਚਾਹੀਦਾ ਸੌਣਾ ਤੇ ਆਪਣੇ ਘਰ ਚਾਹੀਦਾ ਪਰ ਤੂੰ ਸੁੱਤਾ ਪਿਆ ਵੇਟਿੰਗ ਰੂਮ ਦੇ ਵਿੱਚ ਸਰਾਂ ਦੇ ਵਿੱਚ ਸਰਾਂ ਉਹ ਹੁੰਦੀ ਹੈ ਜਿੱਥੇ ਰਹਿਣ ਵਾਲਾ ਘੰਟਾ 2 ਘੰਟੇ ਆਪਣੀ ਗੱਡੀ ਦੀ ਆਪਣੀ ਬੱਸ ਦੀ ਆਪਣੀ ਵਾਰੀ ਦੀ ਉਡੀਕ ਕਰਦਾ ਜਦੋਂ ਉਹਦੀ ਗੱਡੀ ਆਉਂਦੀ ਹੈ ਬਹਿ ਕੇ ਚਲਾ ਜਾਂਦਾ ਦੁਨੀਆ ਰੂਪੀ ਸਰਾਂ ਦੇ ਵਿੱਚ ਜਿੰਨੇ ਵੀ ਆਏ ਨੇ ਆਪਣੀ ਵਾਰੀ-ਵਾਰੀ ਸਭ ਚਲੇ ਜਾਂਦੇ ਨੇ ਵਾਰੀ ਆਪੋ ਆਪਣੀ ਕੋਈ ਨਾ ਬੰਧਾ ਧੀਰ ਜਿਹੜਾ ਵੀ ਆਇਆ ਉਹਨੇ ਜਾਣਾ ਤੂੰ ਵੀ ਜਾਣਾ ਮਹਾਰਾਜ ਕਿਥੇ ਕਹਿੰਦੇ ਦੇਖ ਤੇਰੇ ਵੱਡੇ-ਵਡੇਰੇ ਚਲੇ ਗਏ बादशाह शाहजहान चला गया तेरा प्यो तेरा दादा जहांगीर चला गया पड़दा अकबर चला गया लगड़दादा हमायूं चला गया उसका प्यो बाबर चला गया चंगेज खान वर्ग चले गए फरीदू वर्गे चले गए अफलातून वर्गे चले गए बादशाह बड़े गए विद्वान भी बड़े गए फिलासफर भी बड़े गए ਕੋਈ ਇੱਥੇ ਰਹਾ ਨਹੀਂ ਸੇਖ ਹਯਾਤੀ ਜਗ ਨਾ ਕੋਈ ਇੱਥੇ ਰਹਾ ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ ਜਿੱਥੇ ਆਪਾਂ ਬੈਠੇ ਆ ਸਾਥ ਸੰਗਤ ਜੀ ਪਤਾ ਨਹੀਂ ਕਿੰਨੀ ਕਿ ਦੁਨੀਆ ਕਿੰਨੇ ਕ ਲੋਕ ਇਹ ਧਰਤੀ ਤੇ ਹੋ ਕੇ ਚਲੇ ਗਏ ਨੇ ਵੰਸਵੰਨੀਆਂ ਨਸਲਾਂ ਹੋ ਕੇ ਚਲੀਆਂ ਗਈਆਂ ਨੇ ਪਸ਼ੂ ਪੰਛੀ ਅਨੇਕਾਂ ਪ੍ਰਕਾਰ ਦੇ ਹੋ ਕੇ ਚਲੇ ਗਏ ਨੇ ਇੱਥੇ ਕੁਝ ਨਹੀਂ ਰਹਿਣਾ ਇਹ ਚਲਦੀ ਸਰਾ ਹੈ ਭਾਈ ਆਨੰਦ ਲਾਲ ਜੀ ਕਹਿੰਦੇ ਮਾ ਸੁਭਹ ਨਾ ਦੀਦਮ ਕਿਉ ਸ਼ਾਮ ਨਾ ਦਾਰਦ ਮੈਂ ਕੋਈ ਇਹੋ ਜਿਹਾ ਦਿਨ ਨਹੀਂ ਵੇਖਿਆ ਜਿਹੜਾ ਇਹੋ ਜਿਹੀ ਸਵੇਰ ਨਹੀਂ ਦੇਖੀ ਇਹੋ ਜਿਹੀ ਸੁਭਾ ਨਹੀਂ ਵੇਖੀ ਜਿਹੜੀ ਸ਼ਾਮ ਦੇ ਰੂਪ ਚ ਨਾ ਢਲੀ ਹੋਵੇ ਮਾ ਮੈਂ ਸੁਭਹ ਨਾ ਦੀਦਮ ਸਵੇਰ ਨਹੀਂ ਵੇਖੀ ਮਾਸ ਬਹਿ ਨਾ ਦੀਦਮ ਕੇ ਊ ਸ਼ਾਮ ਨਾ ਦਾਰਦ ਜਿਹੜੀ ਸ਼ਾਮ ਦਾ ਰੂਪ ਨਾ ਧਾਰਨ ਕਰੇ ਜਿਹੜਾ ਦਿਨ ਆਉਂਦਾ ਉਹ ਚਲਾ ਜਾਂਦਾ ਜੋ ਦਿਨ ਆਵਹਿ ਸੋ ਦਿਨ ਜਾਹੀ ਸੋ ਹੁਣ ਮਹਾਰਾਜ ਬਾਦਸ਼ਾਹ ਨੂੰ ਦੁਨੀਆ ਦੀ ਨਾਸ਼ਮਾਨਤਾ ਦੱਸ ਰਹੇ ਪਹਿਲਾਂ ਬਾਦਸ਼ਾਹ ਦੀਆਂ ਵਡਿਆਈਆਂ ਵੀ ਬੜੀਆਂ ਕੀਤੀਆਂ ਤੂੰ ਬੜਾ ਸੋਹਣਾ ਹੈ ਤੂੰ ਬੜਾ ਵਿਦਵਾਨ ਹੈ ਤੂੰ ਬੜਾ ਜੋਦਾ ਹੈ ਤੂੰ ਬੜਾ ਅਮੀਰ ਹੈ ਰੋਸ਼ਨ ਜਮੀਰ ਹੈ ਪਰ ਅਖੀਰ ਚ ਕਹਿ ਦਿੰਦਾ ਕਿ ਅਫਸੋਸ ਤੂੰ ਧਰਮੀ ਨਹੀਂ ਹੈ ਤੂੰ ਸੱਚਾ ਨਹੀਂ ਹੈ ਸਭ ਕੁਝ ਹੋਣ ਦੇ ਬਾਵਜੂਦ ਵੀ ਤੂੰ ਸੱਚਾ ਨਹੀਂ ਹੈ ਝੂਠ ਬੋਲਦਾ ਹੈ ਕੁਫਰ ਤੋਲਦਾ ਹੈ ਸੋ ਹੁਣ ਮਹਾਰਾਜ ਔਰੰਗਜ਼ੇਬ ਨੂੰ ਫਿਰ ਕਹਿ ਰਹੇ ਨੇ ਕਾਦੇ ਵਾਸਤੇ ਝੂਠ ਬੋਲਦਾ ਝੂਠੀ ਦੁਨੀਆ ਲੱਗਣਾ ਆਪ ਵੰਜਾਈ ਹੈ ਬੋਲੀਐ ਸੱਚ ਧਰਮ ਝੂਠ ਨਾ ਬੋਲੀਐ ਜੋ ਗੁਰੂ ਦੱਸੇ ਬਾਟ ਮੁਰਿਦਾ ਜੋਲੀਐ ਮਹਾਰਾਜ ਕਹਿੰਦੇ ਜਿਹੜਾ ਰਾਹ ਸੱਚਾ ਹੈ ਉਹਦੇ ਤੇ ਚੱਲਣਾ ਚਾਹੀਦਾ ਹੈ ਝੂਠ ਲੋ ਕਾਦੇ ਵਾਸਤੇ ਝੂਠੀ ਦੁਨੀਆ ਵਾਸਤੇ ਇਹ ਖਤਮ ਹੋ ਜਾਣੀ ਹੈ ਆਓ ਹੁਣ ਸੁਣੀਏ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਭਜਨ ਪਿਆਰ ਨਾਲ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਬਬੀ ਗਰਦਸੇ ਬੇਵਫਾਈ ਜਮਾ ਆ ਬਾਦਸ਼ਾ ਤੂੰ ਇਸ ਬੇਵਫਾਈ ਕਰਨ ਵਾਲੇ ਇਸ ਕਾਲ ਚੱਕਰ ਵਲ ਵੇਖ ਇਸ ਸਮਾਂ ਜਮਾਨਾ ਟਾਈਮ ਕਿਸੇ ਨਾਲ ਇੱਕੋ ਜਾਣੀ ਰਹਿੰਦਾ ਜ਼ਮਾਨਾ ਕਿਸੇ ਦਾ ਇੱਕੋ ਜਿਹਾ ਨਹੀਂ ਰਹਿੰਦਾ ਜਿਹੜਾ ਬੰਦਾ ਅੱਜ ਬਾਦਸ਼ਾਹ ਹੈ ਹੋ ਸਕਦਾ ਕੱਲ ਨੂੰ ਭਿਖਾਰੀ ਬਣ ਜਾਵੇ ਟਾਈਮ ਦਾ ਕੋਈ ਪਤਾ ਨਹੀਂ ਜਿਹੜਾ ਅੱਜ ਭਿਖਾਰੀ ਹੈ ਕੱਲ ਨੂੰ ਬਾਦਸ਼ਾਹ ਬਣ ਜਾਵੇ ਜ਼ਮਾਨਾ ਮਿੰਟ-ਮਿੰਟ ਬਦਲਦਾ ਹੈ ਧਿਆਨ ਨਾਲ ਦੇਖ ਜਿਹੜੇ ਕੱਲ ਭਿਖਾਰੀ ਸੀ ਅੱਜ ਰਾਜੇ ਬਣ ਗਏ ਨੇ ਜਿਹੜੇ ਕੱਲ ਰਾਜੇ ਸੀ ਅੱਜ ਭਿਖਾਰੀ ਬਣੇ ਪਏ ਨੇ ਜਿੱਥੇ ਕੱਲ ਨਦੀਆਂ ਵਗਦੀਆਂ ਸੀ ਅੱਜ ਟਿੱਬੇ ਬਣੇ ਹੋਏ ਨੇ ਜਿੱਥੇ ਕੱਲ ਟਿੱਬੇ ਹੁੰਦੇ ਸੀ ਅੱਜ ਨਦੀਆਂ ਵਗ ਰਹੀਆਂ ਨੇ ਨਦੀਆਂ ਵਿੱਚ ਟਿੱਬੇ ਦੇ ਖਾਲੇ ਥਲੀ ਕਰੇ ਅਸਗਾ ਕੀੜਾ ਥਾਬ ਦੇ ਪਾਦਸ਼ਾਹੀ ਨਸ਼ਕਰ ਕਰੇ ਸਵਾ ਟਾਈਮ ਦੀਆਂ ਖੇਡਾਂ ਨੇ ਸਮੇਂ-ਸਮੇਂ ਦੀ ਗੱਲ ਹੈ ਸਮਾ ਸਮਾ ਸਮਰਥ ਉਹ ਅਰਜਨ ਤੇ ਉਹ ਰਥ ਬੜਾ ਬਲੀ ਸੀ ਅਰਜਨ ਬੜਾ ਉਹਨੂੰ ਆਪਣੇ ਸ਼ਸਤਰਾਂ ਦਾ ਆਪਣੀ ਵਿੱਦਿਆ ਦਾ ਮਾਣ ਸੀ ਮਹਾਭਾਰਤ ਦੇ ਜੰਗ ਵਿੱਚ ਅਰਜਨ ਨੇ ਬੜੇ ਬੜੇ ਮਹਾਰਥੀ ਮਾਰੇ ਸਨ ਮਹਾਰਥੀ ਆਤਰਥੀ ਕਿਹੜੇ ਮਹਾਰਥੀ ਆਤਰਥੀ ਕਰਨ ਸੂਰਜ ਦਾ ਪੁੱਤਰ ਭਾਵੇਂ ਅਰਜਨ ਦਾ ਭਰਾ ਲੱਗਦਾ ਸੀ ਪਰ ਉਹ ਕੌਰਮਾਂ ਵਾਲੇ ਪਾਸੇ ਸੀ ਐਡਾ ਬਲੀ ਸੀ ਸੂਰਜ ਦਾ ਪੁੱਤਰ ਸੀ ਉਹਦੇ ਸਾਹਮਣੇ ਕੋਈ ਜਾ ਨਹੀਂ ਸੀ ਸਕਦਾ ਉਹਦੇ ਚਿਹਰੇ ਵੱਲ ਨਹੀਂ ਸੀ ਕੋਈ ਦੇਖ ਸਕਦਾ ਪਰ ਅਰਜਨ ਨੇ ਉਹਨੂੰ ਮਾਰਿਆ ਸੀ ਜੰਗ ਵਿੱਚ ਭਗਵਾਨ ਦੀ ਕਿਰਪਾ ਨਾਲ ਉਸ ਤੋਂ ਵੀ ਵੱਡਾ ਮਹਾਬਲੀ ਭੀਸ਼ਮ ਪਿਤਾਮਾ ਜਿਹੜਾ ਇਹਨਾਂ ਸਾਰਿਆਂ ਦਾ ਬਜ਼ੁਰਗ ਸੀ ਗੰਗਾ ਦਾ ਪੁੱਤਰ ਸੀ ਇਤਨਾ ਬਲੀ ਸੀ ਕਹਿੰਦੇ ਨੇ ਕਿ ਦਰਿਆ ਚੱਲਦਾ ਆ ਰਿਹਾ ਹੋਵੇ ਨਾ ਪਾਣੀ ਦਾ ਦਰਿਆ ਇਤਨੇ ਤੀਰ ਚਲਾਉਂਦਾ ਸੀ ਇੱਕੋ ਤੀਰਾਂ ਦੀ ਐਸੀ ਉਹਦੇ ਕੋਲ ਕਲਾ ਸੀ ਕਿ ਉਹ ਦੀਵਾਰ ਖੜੀ ਕਰ ਦਿੰਦਾ ਸੀ ਪਾਣੀ ਰੋਕ ਦਿੰਦਾ ਸੀ ਦਰਿਆਵਾਂ ਨੂੰ ਰੋਕਣ ਵਾਲਾ ਸੀ ਭੀਸ਼ਮ ਪਿਤਾਮਹ ਮਹਾਰਾਜ ਦੀ ਬਾਣੀ ਵਿੱਚ ਵੀ ਆਇਆ ਗੰਗੇ ਪਿਤਾਮਹ ਪੱਟਾਂ ਦੇ ਸੋਇਆਂ ਵਿੱਚ ਉਹ ਜਿਹੜਾ ਇਤਨਾ ਬਲੀ ਸੀ ਯੋਧਾ ਸੀ ਉਹ ਵੀ ਅਰਜਨ ਨੇ ਮਾਰਿਆ ਫਿਰ ਦਰੋਣਾਚਾਰਿਆ ਸ਼ਸਤਰ ਵਿਦਿਆ ਦਾ ਗੁਰੂ ਸੀ ਤਨੁਲ ਵਿਦਿਆ ਦਾ ਟੀਚਰ ਸੀ ਉਹਨੂੰ ਵੀ ਮਾਰਿਆ ਹੋਰ ਬੜੇ ਬੜੇ ਯੋਧੇ ਜਿੱਤੇ ਅਰਜਨ ਨੂੰ ਅਭਿਮਾਨ ਸੀ ਮੇਰੇ ਵਰਗਾ ਕੋਈ ਸੂਰਮਾ ਨਹੀਂ ਸਮਾ ਆਇਆ ਦਵਾਰਕਾਪੁਰੀ ਦੇ ਵਿੱਚੋਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਆਪਣੀਆਂ ਰਾਣੀਆਂ ਗੋਪੀਆਂ ਅਰਜਨ ਦੇ ਪੈਰੇ ਵਿੱਚ ਭੇਜ ਦਿੱਤੀਆਂ ਜਾ ਮਹਾਰਾਜ ਜਯਦਸ਼ਤਰ ਕੋਲ ਲੈ ਜਾ ਅਸੀਂ ਆਪਣੀ ਲੀਲਾ ਸਮਾਪਤ ਕਰ ਲੈਣੀ ਹੈ ਇਹ ਵਿਚਾਰੀਆਂ ਦੁਖੀ ਨਾ ਹੋਣ ਅਸਲ ਚ ਲੀਲਾ ਹੀ ਕਰਨੀ ਸੀ ਉਹ ਕਹਿੰਦੇ ਜਦੋਂ ਗੋਪੀਆਂ ਨੂੰ ਲੈ ਕੇ ਅਰਜਨ ਜਾ ਰਿਹਾ ਸੀ ਉਹੀ ਅਰਜਨ ਜਿਹੜਾ ਕਿ ਮਹਾਰਥੀਆਂ ਤੇ ਆਥਰਥੀਆਂ ਨੂੰ ਮਾਰਦਾ ਸੀ ਕਿਸੇ ਤੋਂ ਹਾਰਿਆ ਨਹੀਂ ਸੀ ਰਸਤੇ 'ਚ ਭੀਲਾ ਨੇ ਘੇਰ ਲਿਆ ਜੰਗਲੀ ਲੋਕਾਂ ਨੇ ਆਦੀਵਾਸੀਆਂ ਨੇ ਜਿਹੜੇ ਜੰਗਲਾਂ 'ਚ ਰਹਿੰਦੇ ਆ ਉਹਨਾਂ ਨੇ ਉਹਦੇ ਕੋਲੋਂ ਉਹ 16000 ਗੋਪੀਆਂ ਖੋ ਲਈਆਂ ਨਾ ਉਹਦਾ ਰਥ ਕੁਝ ਕਰ ਸਕਿਆ ਤੇ ਨਾ ਉਹਦੇ ਕੁਝ ਤੀਰ ਕਰ ਸਕੇ ਦਸਵੇਂ ਪਾਤਸ਼ਾਹ ਕਹਿੰਦੇ ਔਰੰਗਜ਼ੇਬ ਇਹ ਨਾ ਸਮਝ ਵੀ ਅਜ ਤੂੰ ਬਾਦਸ਼ਾਹ ਹੈਂ ਤੇਰੇ ਕੋਲ ਬੜੀਆਂ ਫੌਜਾਂ ਨੇ ਬੜਾ ਖਜ਼ਾਨਾ ਹੈ ਬੜੀ ਤਾਕਤ ਹੈ ਕੋਈ ਪਤਾ ਨਹੀਂ ਕੱਲ ਨੂੰ ਕੀ ਹੋ ਜਾਣਾ ਉਹ ਕੁਦਰਤ ਦੀਆਂ ਖੇਡਾਂ ਕੁਦਰਤ ਜਾਣਦੀ ਹੈ ਕਾਦਰ ਜਾਣਦਾ ਹੈ ਤੇਰੇ ਵੱਸ ਨਹੀਂ ਤੂੰ ਕੁਝ ਨਾ ਆਪਣੇ ਆਪ ਨੂੰ ਸਮਝ ਜਦੋਂ ਸਾਧ ਸੰਗਤ ਦੀ ਭਾਈ ਸੰਤੋਖ ਸਿੰਘ ਜਿਕਰ ਕਰਦੇ ਨੇ ਸੂਰਜ ਪ੍ਰਕਾਸ਼ ਵਿੱਚ ਔਰੰਗਜ਼ੇਬ ਨੇ ਬਗਾਵਤ ਕੀਤੀ ਸੀ ਆਪਣੇ ਪਿਓ ਦੇ ਖਿਲਾਫ ਹੋਰ ਵੀ ਉਹਦੇ ਭਰਾਵਾਂ ਨੇ ਕੀਤੀ ਸੀ ਸੁ쟈 ਮੁਹੰਮਦ ਨੇ ਮੁਰਾਦ ਬਖਸ਼ ਨੇ ਤੇ ਬਾਦਸ਼ਾਹ ਬਹੁਤ ਬਿਮਾਰ ਸੀ ਸ਼ਾਹਜਹਾਨ ਇਹਦਾ ਪਿਓ ਜਿਹੜਾ ਸੀ ਲਾਲ ਕਿਲੇ ਦੇ ਵਿੱਚ ਪਿਆ ਸੀ ਮੰਜੇ ਤੇ ਉੱਠ ਨਹੀਂ ਸੀ ਸਕਦਾ ਤੇ ਭਾਈ ਸਾਹਿਬ ਲਿਖਦੇ ਨੇ ਸੂਰਜ ਪ੍ਰਕਾਸ਼ ਵਿੱਚ ਕਹਿੰਦੇ ਨੇ ਕੋਈ ਚਾਰਾ ਨਾ ਚੱਲਿਆ ਕਾਂਸੀ ਪਹੁੰਚਣਾ ਜ਼ਰੂਰੀ ਸੀ ਕਿਉਂਕਿ ਜਿਹੜਾ ਮੁਰਾਦ ਬਖਸ਼ੀ ਉਹ ਕਾਂਸੀ ਵੱਲੋਂ ਬਹੁਤ ਸਾਰੀ ਫੌਜ ਲੈ ਕੇ ਦਿੱਲੀ ਤੇ ਹਮਲਾ ਕਰਨ ਦੀਆਂ ਤਿਆਰੀਆਂ ਪਟਨਾ ਉਹਨੇ ਫਤਿਹ ਕਰ ਲਿਆ ਬੰਗਾਲ ਤੋਂ ਚੱਲਿਆ ਪਟਨੇ ਆਇਆ ਪਟਨੇ ਤੋਂ ਕਾਂਸੀ ਵੱਲ ਆ ਗਿਆ ਰੰਗਜੀਬ ਦਾ ਭਰਾ ਤੇ ਬਾਦਸ਼ਾਹ ਨੇ ਸੋਚਿਆ ਵੀ ਹੁਣ ਜੇ ਮੈਂ ਇਹਨਾਂ ਨੂੰ ਆਪਣੇ ਪੁੱਤਰਾਂ ਨੂੰ ਕਾਬੂ ਨਾ ਕੀਤਾ ਜੰਗ ਕਰਕੇ ਮੈਨੂੰ ਬਰਬਾਦ ਕਰਨਗੇ ਸਾਰਾ ਕੁਝ ਕੰਮ ਵਿਗੜ ਜਾਏਗਾ। ਨੌਕਰਾਂ ਨੇ ਆਖਿਆ ਬਾਦਸ਼ਾਹ ਕੀ ਕਰੀਏ ਕਹਿਣ ਲੱਗਾ ਮੇਰਾ ਮੰਝਾ ਕਿਸਤੀ ਚ ਰੱਖ ਲਓ ਬੇੜੀ ਵਿੱਚ। ਬਾਦਸ਼ਾਹ ਦਾ ਮੰਝਾ ਤੁਰ ਨਹੀਂ ਸਕਦਾ ਖਲੋ ਨਹੀਂ ਸਕਦਾ ਮੰਝੇ ਤੇ ਬਹਿ ਵੀ ਨਹੀਂ ਸਕਦਾ। ਐਨਾ ਪਰੇਸ਼ਾਨ ਸੀ ਮੰਝੇ ਸਮੇਤ ਕਿਸਤੀ ਚ ਰੱਖ ਕੇ ਲੈ ਗਏ ਕਾਂਸੀ ਤੱਕ ਗਿਆ। ਪਰ ਫੇਰ ਵੀ ਕੋਈ ਗੱਲ ਨਹੀਂ ਬਣੀ ਹਾਰ ਗਿਆ ਭਾਈ ਸਾਹਿਬ ਲਿਖਦੇ ਦੇਖੋ ਸ੍ਰੀ ਪਰਮੇਸ਼ਰ ਮਾਇਆ ਦੇਖੋ ਸ੍ਰੀ ਪਰਮੇਸ਼ਰ ਮਾਇਆ ਸੰਤੋਖ ਸਿੰਘ ਜੀ ਕਵੀ ਨੇ ਬਚਨ ਲਿਖਿਆ ਅਕਾਲ ਪੁਰਖ ਦੀ ਖੇਡ ਵੇਖੋ ਐਡਾ ਵੱਡਾ ਬਾਦਸ਼ਾਹ ਪਰ ਮੰਝੇ ਤੇ ਬਹਿ ਨਹੀਂ ਸਕਦਾ ਬੋਲ ਵੀ ਨਹੀਂ ਸਕਦਾ ਇਸ਼ਾਰਿਆਂ ਨਾਲ ਗੱਲਾਂ ਸਮਝਾਉਂਦਾ ਹੈ ਕੋਈ ਪਤਾ ਨਹੀਂ ਕਾਲ ਪੁਰਖ ਕੀ ਕਰ ਦਵੇ ਜੇ ਤੇਰਾ ਪਿਓ ਐਦਾਂ ਸੀ ਤੇ ਤੂੰ ਨਹੀਂ ਹੋ ਸਕਦਾ ਤੂੰ ਇਸ ਜਿ ਬੇਵਫਾ ਜਮਾਨੇ ਵੱਲ ਵੇਖ ਕੇ ਬੇਗੁਜਸਤ ਬਾਰ ਹਰ ਮਕੀਨੋ ਮਕਾਨ ਹਰ ਮਕੀਨ ਮਕੀਨੋ ਮਕਾਨ ਹਰ ਜਗ੍ਹਾ ਤੇ ਗੁਜਰਦਾ ਹੈ ਹਰ ਚੀਜ਼ ਤੇ ਵਰਤਦਾ ਹੈ ਮਕਾਨ ਬਣਦੇ ਨੇ ਕੋਠੀ ਬਣਦੀ ਹੈ ਘਰ ਬਣਦਾ ਵਧੀਆ ਤੋਂ ਵਧੀਆ ਅਸੀਂ ਉਹਦੇ ਤੇ ਮਟੀਰੀਅਲ ਲਾਉਂਦੇ ਆ ਮਕਾਨ ਦਾ ਦਰਵਾਜ਼ਾ ਵੀ ਵਧੀਆ ਬਾਥਰੂਮ ਵਧੀਆ ਕਿਚਨ ਵਧੀਆ ਲੌਬੀ ਵਧੀਆ ਡ੍ਰੈنگ ਰੂਮ ਵਧੀਆ ਮਿਸਤਰੀ ਨੂੰ ਕਹਿੰਨੇ ਆ ਮਾੜੀ ਚੀਜ਼ ਨਹੀਂ ਲਾਣੀ ਪੈਸਾ ਜਿੰਨਾ ਮਰਜ਼ੀ ਲੱਗ ਜਾਏ ਵਧੀਆ ਸੋਹਣਾ ਰੰਗ ਰੋਗਨ ਕਰੀਦਾ ਹੈ ਚੰਗੀ ਚੀਜ਼ ਬਣਾਈਦੀ ਹੈ ਦੁਨੀਆ ਵੇਖੇ ਸਾਡਾ ਮਕਾਨ ਬੜਾ ਵਧੀਆ ਟਾਈਮ ਉਸ ਮਕਾਨ ਦੀ ਹਾਲਤ ਐਸੀ ਕਰ ਦਿੰਦਾ ਦੇਖਣ ਜੀ ਨਹੀਂ ਕਰਦਾ ਟਾਈਮ ਆਉਂਦਾ 10 ਸਾਲ 20 ਸਾਲ 50 ਸਾਲ ਕਿੰਨਾ ਚਿਰ ਸੋਹਣਾ ਰਹੇਗਾ ਜਿੰਨਾ ਮਰਜ਼ੀ ਸੋਹਣਾ ਮਕਾਨ ਬਣਾ ਲਓ ਇੱਕ ਦਿਨ ਪੁਰਾਣਾ ਹੋਵੇਗਾ ਗੱਚ ਜੇ ਲੱਗਾ ਗਿੜਬੜੀ ਸਖੀਏ ਤੌਲ ਹਰੀ ਸੇਪੀ ਟਹੰਦੇ ਡਿਠਮੈਂ ਮੁੰਦ ਨਾ ਗਰਬ ਥਣੀ ਗੱਚ ਜੇ ਲੱਗਾ ਗਿੜਬੜੀ ਗੱਚ ਕਹਿੰਦੇ ਨੇ ਚੂਨੇ ਨੂੰ ਇਧਰ ਤਾਂ ਮਕਾਨ ਜਿਹੜੇ ਤੁਸੀਂ ਲੱਕੜ ਦੇ ਬਣਾਉਂਦੇ ਹੋ ਇੰਡੀਆ ਵਿੱਚ ਚੂਨੇ ਦੇ ਮਕਾਨ ਛੋਟੀਆਂ ਇੱਟਾਂ ਨਾਲ ਚੁਣਾਏ ਜਾਂਦੇ ਸਨ ਪੁਰਾਣੇ ਜੰ ਹਜ਼ਾਰ ਹਜ਼ਾਰ ਸਾਲ 2-2000 ਸਾਲ ਖੜੇ ਰਹਿਣ ਇਹੋ ਜਿਹੇ ਮਕਾਨ ਤਿਆਰ ਕੀਤੇ ਜਾਂਦੇ ਸਨ ਪਰ ਉਹ ਵੀ ਟਹਿ ਜਾਂਦੇ ਸਨ ਮਹਾਰਾਜ ਕਹਿੰਦੇ ਸੇ ਭੀ ਟਹੰਦੇ ਡਿਠ ਮੈਂ ਮੈਂ ਵੇਖੇ ਨੇ ਬਟਿੰਡੇ ਦਾ ਇਕਲਾ ਸਾਹ ਸੰਗਤ ਜੀ ਅੱਜ ਤੋਂ ਹਜ਼ਾਰ ਸਾਲ ਪਹਿਲਾਂ ਬਣਿਆ ਸੀ ਅੱਜ ਤੋਂ 300 ਸਾਲ ਪਹਿਲਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸਿੰਘਾਂ ਨੇ ਆਖਿਆ ਸੀ ਮਹਾਰਾਜ ਸਭ ਤੋਂ ਪੁਰਾਣਾ ਬਠਿੰਡੇ ਦਾ ਕਿਲਾ ਸੀ ਵੇਖਣਾ ਚਾਹੁੰਨੇ ਜਦੋਂ ਮਹਾਰਾਜ ਗਏ ਸਨ ਉਦੋਂ ਵੀ ਉਹ ਬਹੁਤਾ ਟਹਿ ਚੁੱਕਾ ਸੀ ਹੁਣ ਬਹੁਤਾ ਹੀ ਟਹਿ ਚੁੱਕਾ ਕੁਝ ਦੁਬਾਰਾ ਬਣਾਏ ਗਏ ਉਹਦੇ ਹਿੱਸੇ ਵੀ ਯਾਦਗਾਰ ਵਜੋਂ ਕਹਿਣ ਦਾ ਭਾਵ ਹੈ ਵੀ ਵੱਡੇ ਵੱਡੇ ਕਿਲੇ ਵੱਡੇ ਵੱਡੇ ਮਕਾਨ ਵੱਡੀਆਂ ਵੱਡੀਆਂ ਬਸਤੀਆਂ ਉਜੜ ਜਾਂਦੀਆਂ ਨੇ ਸਮਾ ਕਿਸੇ ਚੀਜ਼ ਨੂੰ ਨਹੀਂ ਰਹਿਣ ਦਿੰਦਾ ਤੂੰ ਕਰ ਜ਼ਬਰ ਅੱਜ ਜਖਰਾਸੀ ਮਕੰਨ ਮਹਾਰਾਜ ਕਹਿੰਦੇ ਜੇ ਤੂੰ ਤਾਕਤਵਾਰ ਹੈ ਜ਼ਬਰਦਸਤ ਹੈ ਤੇਰੇ ਕੋਲ ਤਾਕਤ ਹੈ ਸ਼ਕਤੀ ਹੈ ਜ਼ਬਰ ਤਾਂ ਹੈ ਪਰ ਜ਼ਾਬਰ ਨਾ ਬਣ ਤੂੰ ਗਰੀਬਾਂ ਨੂੰ ਦੁਖੀਆਂ ਨੂੰ ਹੋਰ ਦੁੱਖ ਨਾ ਦੇ ਰੱਬ ਨੇ ਤਾਕਤ ਦਿੱਤੀ ਭਲਾ ਕਰਨ ਵਾਸਤੇ ਸੋ ਭਲਾ ਕਰ ਕਸਮਰਾ ਬਾਤਿ ਸੈ ਤਰਾਸੀ ਮਕੋਨ ਤੂੰ ਝੂਠੀਆਂ ਕਸਮਾਂ ਖਾ ਖਾ ਕੇ ਕਸਮਾਂ ਦੇ ਤੀਸੇ ਨਾਲ ਤੀਸਾ ਫਾਰਸੀ ਦਾ ਸ਼ਬਦ ਹੈ ਉਹਦਾ ਅਰਥ ਹੈ ਤਰਾਸਣਾ ਕੱਟਣਾ ਪੰਜਾਬ ਦੇ ਵਿੱਚ ਤਰਖਾਣਾ ਦੀ ਹੱਟੇ ਦੁਕਾਨ ਤੇ ਤਰਖਾਣਾ ਦੇ ਕਾਰਖਾਨੇ 'ਚ ਤੁਸੀਂ ਦੇਖਿਆ ਹੋਣਾ ਉਹ ਜਿਹਦੇ ਨਾਲ ਲੱਕੜ ਤੋਂ ਛਿਲ ਦੇਣ ਨੂੰ ਤੇ ਸਾ ਕਹਿੰਦੇ ਨੇ ਮਤਲਬ ਹੈ ਤਰਾਸ ਦੇਣਾ ਕੱਟ ਦੇਣਾ ਵੜ ਦੇਣਾ ਰੰਗਜੀਬ ਤੂੰ ਕਸਮਾਂ ਦਾ ਤੇ ਸਾ ਪਕੜਿਆ ਹੋਇਆ ਹੈ ਕਸਮਾਂ ਦਾ ਝੂਠੀਆਂ ਸੋਹਾਂ ਦਾ ਤੇ ਉਹਦੇ ਨਾਲ ਤੂੰ ਗਰੀਬਾਂ ਨੂੰ ਨਿਤਾਣਿਆਂ ਨੂੰ ਨਿਮਾਣਿਆਂ ਨੂੰ ਛਿੱਲਣ ਲੱਗਾ ਹੋਇਆ ਹੈ ਵੜਨ ਲੱਗਾ ਹੋਇਆ ਹੈ ਟੁਕਣ ਲੱਗਾ ਹੋਇਆ ਹੈ ਇਹ ਵੱਡ ਕੱਟ ਬੰਦ ਕਰ ਦੇ ਏ ਜਲਮ ਬੰਦ ਕਰ ਦੇ ਇਹ ਤੇਰੇ ਵਾਸਤੇ ਚੰਗਾ ਨਹੀਂ ਰੱਬ ਨੇ ਤਾਕਤ ਦਿੱਤੀ ਸੀ ਭਲਾ ਕਰਨ ਲਈ ਪਰ ਤੂੰ ਬੁਰੇ ਲਈ ਵਰਤ ਰਿਹਾ ਹੈ ਹਕ ਯਾਰ 바ਸਦ ਚੇ ਦੁਸ਼ਮਨ ਕੋ ਨੰਦ ਏ ਰੰਗゼਵ ਜੇ ਹਕ ਯਾਰ 바ਸਦ ਹਕ ਮੈਨੇ ਸੱਚਾ ਵਾਹਿਗੁਰੂ ਪਰਮਾਤਮਾ ਅਕਾਲ ਪੁਰਖ ਅੱਲਾਹ ਤਾਲਾ ਜਿਹਦਾ ਬਯਾਰ ਬਾਸ਼ ਦਾ ਯਾਰ ਹੋਵੇ ਯਾਨੀ ਜਿਹੜੇ ਬੰਦੇ ਦਾ ਰੱਬ ਯਾਰ ਹੋਵੇ ਜਿਹੜੇ ਬੰਦੇ ਦਾ ਰੱਬ ਸਿਰ ਦੇ ਉੱਤੇ ਮਿਹਰਬਾਨ ਹੋਵੇ ਚਾਹੇ ਦੁਸ਼ਮਨ ਕੁਨਦ ਦੁਸ਼ਮਨ ਉਹਦਾ ਕੀ ਵਿਗਾੜ ਸਕਦੇ ਮੇਰੇ ਵੱਲ ਮੇਰਾ ਵੈਗਰੂ ਹੈ ਤੇਰੇ ਵੱਲ ਤੇਰੀਆਂ ਫੌਜਾਂ ਹਨ ਸਵਾਜੋ ਸਮਾਨ ਹੈ ਤਾਕਤ ਹੈ ਤੂੰ ਮੇਰਾ ਕੀ ਵਿਗਾੜ ਸਕਦਾ ਤਾਕਤ ਤੇਰੇ ਕੋਲ ਬੇਸ਼ੱਕ ਜਿੰਨੀ ਮਰਜ਼ੀ ਹੈ ਪਰ ਰੱਬ ਮੇਰੇ ਵਾਲਾ ਹੈ ਮੇਰੇ ਨਾਲ ਹੈ ਮੇਰਾ ਰਾਖਾ ਹੈ ਅਗਰ ਦੁਸ਼ਮਣੀ ਰਾ ਬਾ ਸਦ ਤਨ ਕੋ ਨੰਦ ਜੇ ਦੁਸ਼ਮਣੀ ਕਰੇਗਾ ਦੁਸ਼ਮਣੀ ਕਰਕੇ ਤੂੰ ਮੇਰਾ ਕੀ ਵਿਗਾੜੇਗਾ ਮੇਰਾ ਵਾਹਿਗੁਰੂ ਅਕਾਲ ਪੁਰਖ ਮੇਰੇ ਨਾਲ ਹੈ ਔਰ ਮੇਰਾ ਰਾਖਾ ਹੈ ਕਾਸ਼ ਮਤ ਦੁਸ਼ਮਣੀ ਗਾਰ ਹਜ਼ਾਰ ਆਵਰਦਾ ਹਜ਼ਾਰਾਂ ਆਦਮੀ ਜੇ ਦੁਸ਼ਮਣੀ ਕਰਨ ਵਾਸਤੇ ਆ ਜਾਣ ਲੱਖਾਂ ਵੈਰੀ ਚੜ ਕੇ ਆ ਜਾਣ ਜਾਮ ਗੁਰੂ ਹੋਏ ਵੱਲ ਤਨਹਿ ਕਿ ਗਰਵ ਦਿੱਜੈ ਜਾਮ ਗੁਰੂ ਹੋਏ ਵੱਲ ਲੱਖ ਬਾਹਾਂ ਕਿ ਕੀਤੇ ਲੱਖਾਂ ਬਾਹਾਂ ਵੀ ਉਸ ਬੰਦੇ ਦਾ ਵਾਲ ਨਹੀਂ ਵਿੰਗਾ ਕਰ ਸਕਦੀਆਂ ਜਿਹਦੇ ਸਿਰ ਤੇ ਗੁਰੂ ਦਾ ਹੱਥ ਹੋਵੇ ਸਿਰ ਉੱਪਰ ਠਾਡਾ ਗੁਰਸੂਰਾ ਨਾਨਕਤਾ ਕੇ ਕਾਰਜ ਪੂਰਾ ਖਸ਼ਮ ਦੁਸ਼ਮਣੀ ਗਰ ਹਜ਼ਾਰ ਆਵਰਦ ਹਜ਼ਾਰਾਂ ਦੁਸ਼ਮਣ ਚੜ ਕੇ ਆ ਜਾਣ ਨਾਇਕ ਮੁਵੈ ਔਰਾ ਆਜ਼ਾਰ ਆਵਰਦ ਤਾਂ ਉਹ ਹਜ਼ਾਰਾਂ ਦੁਸ਼ਮਣ ਵੀ ਲੱਖਾਂ ਦੁਸ਼ਮਣ ਇਕੱਠੇ ਹੋ ਕੇ ਔਰੰਗਜ਼ੇਬ ਉਸ ਬੰਦੇ ਦਾ ਇੱਕ ਮੂਏ ਮੂਏ ਕਹਿੰਦੇ ਨੇ ਵਾਲ ਨੂੰ ਵਾਲ ਨਹੀਂ ਵਿੰਗਾ ਕਰ ਸਕਦੇ ਨਾ ਇੱਕ ਮੂਏ ਹੋਰਾ ਆਜ਼ਾਰ ਆਵਰਦਾ ਵਾਲ ਨਹੀਂ ਭੰਨ ਸਕਦੇ ਵਾਲ ਨਹੀਂ ਤੋੜ ਸਕਦੇ ਜਿਸ ਦਾ ਸਾਹਿਬ ਡਾਡਾ ਹੋਏ ਉਸ ਨੂੰ ਮਾਰ ਨਾ ਸਕੈ ਕੋਈ ਕੋਈ ਨਹੀਂ ਮਾਰ ਸਕਦਾ ਕੋਈ ਨਹੀਂ ਦੁਸ਼ਮਣੀ ਨਿਭਾ ਸਕਦਾ ਉਸ ਬੰਦੇ ਨਾਲ ਹਾਰ ਜਾਏਗਾ ਔਰੰਗਜੀਤ ਮੈਨੂੰ ਅਕਾਲ ਪੁਰਖ ਦਾ ਭਰੋਸਾ ਹੈ ਇਹ ਵਚਨ ਕਹਿ ਕੇ ਗੁਰੂ ਸਾਹਿਬ ਹੁਣ ਜਫਰਨਾਮੇ ਦੀ ਸਮਾਪਤੀ ਕਰਨ ਲੱਗੇ ਹੁਣ ਮਹਾਰਾਜ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦਾ ਉਸ ਪਰਮੇਸ਼ਰ ਦਾ ਉਹ ਜਸ ਗਾਇਨ ਕਰਦੇ ਨੇ ਜਿਹੜਾ ਉਹਨਾਂ ਨੇ ਆਪਣੀ ਬਾਣੀ 'ਚ ਹਰ ਥਾਂ ਤੇ ਕੀਤਾ ਸਭ ਤੋਂ ਪਹਿਲਾਂ ਸ੍ਰੀ ਜਪ ਸਾਹਿਬ ਹੈ ਸਾਰੇ ਅਕਾਲ ਪੁਰਖ ਦੇ ਕਰਮ ਨਾਮ ਵਰਣਨ ਕੀਤੇ ਹਨ ਤੋ ਹੈ ਸਰਬਨਾਮ ਕਥਾ ਕਵਨ ਕਰਮਨਾਮ ਵਰਣਤ ਸੁਮਤ ਕਰਮਨਾਮ ਜਿੰਨੇ ਪਰਮੇਸ਼ਰ ਤੇਰੇ ਗੁਣ ਹਨ ਜਿੰਨੇ ਵੀ ਗੁਣ ਹਨ ਉਹਨਾਂ ਨੂੰ ਨਮਸ਼ਕਾਰ ਹੈ ਨਮਸਤਵੰ ਅਕਾਲੇ ਤੂੰ ਕਾਲ ਤੋ ਰਹਿ ਤੈ ਤੈਨੂੰ ਨਮਸ਼ਕਾਰ ਹੈ ਨਮਸਤਵੰ ਕਿਰਪਾਲੇ ਤੂੰ ਕਿਰਪਾ ਦਾ ਘਰ ਹੈ ਤੈਨੂੰ ਨਮਸ਼ਕਾਰ ਹੈ ਬੇਅੰਤ ਗੁਣਾ ਦਾ ਮਾਲਕ ਵਾਹਿਗੁਰੂ ਉਹਨੂੰ ਮਹਾਰਾਜ ਨੇ ਜਾਪ ਸਾਹਿਬ ਵਿੱਚ ਉਹਦਾ ਜਾਪ ਕੀਤਾ ਦੂਸਰੀ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਅੰਦਰ ਹੈ ਸ੍ਰੀ ਅਕਾਲ ਉਸਤਤ ਸੈ ਅਕਾਲ ਦੀ ਉਸਤਤ ਕੀਤੀ ਹੈ ਜਿਹੜਾ ਪ੍ਰਮਾਤਮਾ ਵਾਇਗਰੂ ਕਾਲ ਵਿੱਚ ਨਹੀਂ ਆਉਂਦਾ ਟਾਈਮ ਵਿੱਚ ਨਹੀਂ ਆਉਂਦਾ ਜਿਹਦੀ ਹਿਸਟਰੀ ਨਹੀਂ ਲਿਖੀ ਜਾਂਦੀ ਜੋ ਹਿਸਟਰੀ ਲੈਸ ਹੈ ਉਹ ਪ੍ਰਮਾਤਮਾ ਮਹਾਰਾਜ ਕਹਿੰਦੇ ਐ ਪ੍ਰਣੋ ਆਦ ਏਕੰਕਾਰਾ ਜਲਥਲ ਮਹੀਅਲ ਕੀਓ ਪਸਾਰਾ ਆਦ ਪੁਰਖਿਆ ਭਗਤ ਬਿਨਾਸੀ ਲੋਕ ਚਤੁਰ ਦਸ ਜੋਤ ਪ੍ਰਕਾਸੀ ਹਸਤ ਕੀਟ ਕੇ ਬੀਚ ਸਮਾਨਾ 라ਵ ਰੰਕ ਜੇ ਇਕ ਸਰਜਨ ਫਿਰ ਮਹਾਰਾਜ ਨੇ ਬਾਣੀ ਲਿਖੀ ਬਚਿੱਤਰ ਨਾਟਕ ਬਚਿੱਤਰ ਨਾਟਕ ਦਾ ਮਤਲਬ ਹੈ ਉਹ ਨਾਟਕ ਜਿਹੜਾ ਵਿਚਿੱਤਰ ਹੋਵੇ ਉਹ ਤਮਾਸ਼ਾ ਜਿਹੜੇ ਤਮਾਸ਼ੇ ਦਾ ਹਰ ਸੀਨੀ ਵੱਖੋ ਵੱਖ ਹੋਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਨਾਟਕ ਦਾ ਮਤਲਬ ਕੀ ਹੈ ਨਾ ਟਿਕਣ ਵਾਲਾ ਨਾ ਟਿਕ ਜਿਹੜਾ ਟਿਕਦਾ ਨਹੀਂ ਚੱਲੀ ਜਾਂਦਾ ਚੱਲੀ ਜਾਂਦਾ ਚੱਲੀ ਜਾਂਦਾ ਆਖੋ ਸ੍ਰੀ ਵਾਹਿਗੁਰੂ ਦੁਨੀਆ ਦਾ ਤਮਾਸ਼ਾ ਕਦੀ ਰੁਕਿਆ ਨਹੀਂ ਟਾਈਮ ਚੱਲ ਰਿਹਾ ਉਹ ਵੀ ਚੱਲ ਰਿਹਾ ਜਿਹੜੇ ਫੁੱਲ ਵਰਗੇ ਬੱਚੇ ਪੈਦਾ ਹੁੰਦੇ ਨੇ 40 ਦਿਨਾਂ 'ਚ ਦੁੱਗਣੇ ਹੋ ਜਾਂਦੇ ਨੇ ਸਾਲ 'ਚ ਚੌਗਣੇ ਹੋ ਜਾਂਦੇ ਨੇ ਦਸਾਂ ਸਾਲਾਂ 'ਚ ਤਗੜੇ ਹੋ ਜਾਂਦੇ 20 'ਚ ਜਵਾਨ ਹੋ ਜਾਂਦੇ ਆ ਤੇ ਫਿਰ ਹੌਲੇ-ਹੌਲੇ ਹੌਲੇ ਬੁਢੇਪੇ ਵੱਲ ਜਾਂਦੇ ਆ ਮੌਤ ਵੱਲ ਜਾਂਦੇ ਆ ਹਰ ਚੀਜ਼ ਬਦਲਦੀ ਰਹਿੰਦੀ ਟਿਕਦੀ ਦਾ ਕੋਈ ਨਹੀਂ ਹਰ ਦਰਖਤ ਹਰ ਵਸਤੂ ਸੰਸਾਰ ਦੀ ਪਰਿਵਰਤਨਸ਼ੀਲ ਹੈ ਬਦਲੀ ਜਾਂਦੀ ਹੈ ਨਹੀਂ ਟਿਕਦਾ ਜਿਹੜਾ ਨਾਟਕ ਉਹਨੂੰ ਕਹਿੰਦੇ ਆ ਵਿਚਿਤ੍ਰ ਨਾਟਕ ਸੰਸਾਰ ਦਾ ਇਹ ਤਮਾਸ਼ਾ ਹੈ ਗੁਰੂ ਸਾਹਿਬ ਆਪਣੀ ਕਲਮ ਨਾਲ ਲਿਖਦੇ ਮੈਂ ਹਾਂ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਮੈਂ ਅਕਾਲ ਪੁਰਖ ਦਾ ਦਾਸ ਇਸ ਤਮਾਸ਼ੇ ਨੂੰ ਦੇਖਣ ਆਇ ਭੇਜਿਆ ਵਾਹਿਗੁਰੂ ਨੇ ਦੇਖ ਰਿਹਾ ਹਾਂ ਹੁਣ ਨਾਟਕ ਦੇਖਣ ਵਾਲੇ ਦੋ ਤਰ੍ਹਾਂ ਦੇ ਹਨ ਇੱਕ ਉਹ ਵੀ ਤੁਸੀਂ ਦੇਖੇ ਹੋਣਗੇ ਜਦੋਂ ਹੀਰੋ ਨੂੰ ਕੁੱਟ ਪੈਂਦੀ ਹੈ ਨਾ ਫਿਲਮ ਦੇ ਵਿੱਚ ਤੇ ਉਹ ਕੁਰਸੀ ਦੇ ਨਾਲ ਸੁngੜ ਜਾਂਦੇ ਵਿਚਾਰੇ ਨੂੰ ਉਹਨਾਂ ਨੂੰ ਡਰ ਲੱਗਦਾ ਵੀ ਹੀਰੋ ਨੂੰ ਮਾਰ ਕਿਉਂ ਪੈ ਰਹੀ ਹੈ ਜਦੋਂ ਵਿਲਨ ਨੂੰ ਮਾਰ ਪੈਂਦੀ ਹੈ ਉਹ ਕਹਿੰਦੇ ਹੋਰ ਮਾਰ ਹੋਰ ਮਾਰ ਹੋਰ ਮਾਰ ਉੱਛਲ ਉੱਛਲ ਗਏ ਉਹ ਕੀ ਉਹ ਤਮਾਸ਼ੇ ਦੇ ਵਿੱਚ ਵਿੱਚ ਹੀ ਵੜ ਗਏ ਵਿੱਚੇ ਹੀ ਵੜ ਗਏ ਭੁੱਲ ਗਏ ਵੀ ਇਹ ਤਮਾਸ਼ਾ ਉਹਨਾਂ ਨੇ ਉਹਨੂੰ ਸੱਚਾ ਸਮਝ ਲਿਆ ਹੀਰੋ ਨੂੰ ਕੁੱਟ ਪਈ ਡਰ ਗਏ ਵਿਲਣ ਨੂੰ ਕੁੱਟ ਪਈ ਖੁਸ਼ ਹੋਏ ਤਮਾਸ਼ੇ ਦੇ ਵਿੱਚ ਹੀ ਖੁੱਬ ਗਏ ਇੱਕ ਉਹ ਸਿਆਣੇ ਦਰਸ਼ਕ ਹਨ ਉਹ ਦਰਸ਼ਕ ਇਹ ਸਮਝਦੇ ਹਨ ਇਹ ਤਮਾਸ਼ਾ ਹੈ ਬਸ ਨਾ ਹੀਰੋ ਨੂੰ ਕੁੱਟ ਪੈਣੀ ਹੈ ਨਾ ਖਲ ਨਾਇਕ ਨੂੰ ਪੈਣੀ ਹੈ ਨਾ ਨਾਇਕ ਨੂੰ ਪੈਣੀ ਹੈ ਇਹ ਤਾਂ ਉਹਦੀ ਇਹ ਤਾਂ ਰਚਨ ਰਚਿਆ ਕਰਤਾਰ ਇਹ ਤਾਂ ਰਚਨ ਰਚਿਆ ਕਰਤਾਰ ਇਹ ਤਾਂ ਉਹਦੀ ਖੇਡ ਹੈ ਸ੍ਰੀ ਕਲਗੀਧਰ ਜੀ ਤੋਂ ਰਾਜਸਥਾਨ ਚ ਇੱਕ ਮਾਈ ਨੇ ਅਫਸੋਸ ਨਾਲ ਪੁੱਛਿਆ ਮਹਾਰਾਜ ਜਦੋਂ ਮੈਂ ਆਨੰਦਪੁਰ ਗਈ ਸੀ ਤੁਹਾਡੇ ਚਾਰੇ ਪੁੱਤਰ ਬੜੇ ਸੋਹਣੇ ਮੈਂ ਵੇਖੇ ਸੀ ਬਹੁਤ ਹੀ ਸੋਹਣੇ ਸੀ ਬਾਬਾਜੀਤ ਸਿੰਘ ਬਾਬਾ ਜੁਜਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਕੀ ਭਾਣਾ ਵਰਤ ਗਿਆ ਚਾਰੇ ਦੇ ਚਾਰੇ ਸ਼ੀਤ ਹੋ ਗਏ ਮਹਾਰਾਜ ਕਹਿਣ ਲੱਗੇ ਮਾਤਾ ਜ਼ਮੀਨ ਤੇ ਲਕੀਰਾਂ ਖਿੱਚ ਉਸ ਮਾਈ ਨੇ ਆਪਣੀ ਉਂਗਲ ਨਾਲ ਮਿੱਟੀ ਤੇ ਲਕੀਰਾਂ ਪਾਈਆਂ ਹਜ਼ੂਰ ਕਹਿੰਦੇ ਮਾਈ ਲਕੀਰਾਂ ਪਾਉਣ ਨਾਲ ਤੈਨੂੰ ਕੋਈ ਖੁਸ਼ੀ ਹੋਈ ਹੈ ਕਹਿੰਦੀ ਜੀ ਕੋਈ ਖੁਸ਼ੀ ਨਹੀਂ ਤਾਂ ਮਚਪਨ ਤੋਂ ਮਿੱਟੀ ਨਾਲ ਖੇਡਦੇ ਤੇ ਕਾਦੀ ਖੁਸ਼ੀ ਹੈ ਫਿਰ ਮਾਈ ਮਿਟਾ ਦੇ ਮਾਈ ਨੇ ਹੱਥ ਫੇਰਿਆ ਉਹ ਮਿੱਟੀ ਤੇ ਪਾਈਆਂ ਲਕੀਰਾਂ ਮਿਟ ਗਈਆਂ ਮਾਈ ਤੈਨੂੰ ਕੋਈ ਗਮੀ ਹੋਈ ਏ ਲਕੀਰਾਂ ਮਟਣ ਦੀ ਕਹਿਣ ਲੱਗੀ ਮਹਾਰਾਜ ਲਕੀਰਾਂ ਮਟਣ ਦੀ ਕੀ ਗਮੀ ਆਣੀ ਨਾ ਲਕੀਰਾਂ ਬਣਨ ਦੀ ਖੁਸ਼ੀ ਤੇ ਨਾ ਲਕੀਰਾਂ ਮਟਣ ਦੀ ਗਮੀ ਹਜ਼ੂਰ ਕਹਿਣ ਲੱਗੇ ਮਾਤਾ ਸਾਡੀ ਅਵਸਥਾ ਇਹੀ ਹੈ ਸਾਹਿਬ ਜਾਦੇ ਪੈਦਾ ਹੋਗੇ ਸਾਨੂੰ ਖੁਸ਼ੀ ਨਹੀਂ ਹੋਈ ਸਾਹਿਬ ਜਾਦੇ ਸ਼ਹੀਦ ਹੋਗੇ ਸਾਨੂੰ ਗਮ ਹੀ ਨਹੀਂ ਹੋਈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸੁਨੇ ਅਰ ਭੈ ਨਹੀਂ ਜਾਕੇ ਕੰਚਨ ਮਾਟੀ ਮੰਨੇ ਸਮ ਅਵਸਥਾ ਮਹਾਰਾਜ ਦਸਵੇਂ ਪਾਸ਼ਾ ਵੀ ਤਮਾਸ਼ਾ ਦੇਖ ਰਹੇ ਨੇ ਪਰ ਸਾਡੇ ਤਰ੍ਹਾਂ ਨਹੀਂ ਜਿਵੇਂ ਅਸੀਂ ਦੇਖਦੇ ਹਾਂ ਅਸੀਂ ਦੇਖਦੇ ਆਂ ਵੀ ਫਿਲਮ ਫਿਲਮ ਦੇ ਵਿੱਚ ਹੀ ਵੜ ਜਾਂਦੇ ਆਂ ਭੁੱਲ ਜਾਂਦੇ ਆਂ ਵੀ ਅਸੀਂ ਦੇਖਣ ਵਾਲੇ ਆਂ ਉਹ ਦੇਖ ਰਿਹਾ ਵੇਖਣ ਵਾਲੇ ਬਣ ਕੇ ਵੀ ਇਹ ਤਾਂ ਇੱਕ ਤਮਾਸ਼ਾ ਹੈ ਮੈਂ ਹਾਂ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਸੋ ਜਗਤ ਦੇ ਤਮਾਸ਼ੇ ਦਾ ਹੁਣ ਮਹਾਰਾਜ ਨੇ ਬਚਿੱਤਰ ਨਾਟਕ ਵਿੱਚ ਜ਼ਿਕਰ ਕੀਤਾ ਸਾਰੀ ਬਾਣੀ ਜਿੱਥੇ ਵੀ ਦਸਮ ਦੀ ਬਾਣੀ ਜ ਕੋਈ ਜੰਗ ਦੀ ਬਾਣੀ ਹੈ ਕੋਈ ਚਿੱਤਰਾਂ ਦੀ ਬਾਣੀ ਹੈ ਕਿਸੇ ਵੀ ਪੱਖ ਦੀ ਹੈ ਉਹਦੇ ਚ ਪਰਮੇਸ਼ਰ ਦਾ ਨਾਮ ਜ਼ਰੂਰ ਲਿਆ। ਕੋਈ ਬਾਣੀ ਪੜ ਲਓ ਦਸਮ ਦੀ। ਜਫਰਨਾਮੇ ਜੀ ਉਹਨਾਂ ਪਰਮੇਸ਼ਰ ਦਾ ਨਾਮ ਹੀ ਆ। ਜਿਹੜੀ ਗੱਲ ਵੀ ਸ਼ੁਰੂ ਕੀਤੀ ਉਹ ਪਰਮੇਸ਼ਰ ਦੇ ਨਾਮ ਤੋਂ ਕੀਤੀ ਆ ਜਿਹੜੀ ਗੱਲ ਸਮਾਪਤ ਕੀਤੀ ਆ ਉਹ ਪਰਮੇਸ਼ਰ ਦੇ ਨਾਮ ਤੇ ਕੀਤੀ। ਸਭ ਤੋਂ ਅਖੀਰਲੀ ਪੰਕਤੀ ਚ ਵੀ ਮਹਾਰਾਜ ਕਹਿੰਦੇ ਲਬਾ ਲੰਬ ਕੁੰਦੰਬ ਦੰਬ ਨੋਸ਼ਕੁਨ ਗਮੇ ਹਰ ਦੁਆਲਮ ਫਰਾਮੋਸ਼ਕੁਨ ਜਿਵੇਂ ਗੁਰੂ ਗ੍ਰੰਥ ਸਾਹਿਬ ਚ ਆਉਂਦਾ ਹੈ 18 10 20 ਦਸਮੇ ਦੇ ਵਿੱਚ ਆਉਂਦਾ ਲਬਾ ਲਬ ਕੁਮ ਦੰਬ ਦਮ ਨੋਸ਼ਕੁਨ ਗਮੇ ਹਰ ਦੁਆਲਮ ਫਲਾ ਮੋਸ਼ਕੁਨ ਹੈ ਵਾਹਿਗੁਰੂ ਮੈਨੂੰ ਆਪਣੇ ਨਾਮ ਦਾ ਹਰ ਹਰਾ ਪਿਆਲਾ ਪਿਆ ਦੇ ਤੇਰੇ ਨਾਮ ਦਾ ਜਾਮ ਪੀ ਕੇ ਮੈਨੂੰ ਦੁਨੀਆਂ ਦੇ ਦੋਵੇਂ ਜਹਾਨਾਂ ਦੇ ਗਮ ਭੁੱਲ ਜਾਣ ਲੋਕ ਦੇ ਵੀ ਤੇ ਪਰਲੋਕ ਦੇ ਵੀ ਇਹ ਨਾਮ ਦੀ ਮਹਿਮਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਹੁਣ ਲਿਖਣ ਲੱਗੇ ਆ ਪ੍ਰਮਾਤਮਾ ਦੇ ਕੁਝ ਖਾਸ-ਖਾਸ ਨਾਮ ਜਿਹੜੇ ਔਰੰਗਜ਼ੇਬ ਪੜ੍ਹੇਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਹਾਂਜੀ ਆ ਗੰਜੋ ਆ ਪੰਜੋ ਆ ਰੂਪੋ ਆ ਰੇਖ ਆ ਗੰਜੋ ਜੋ ਗੰਜਨ ਨਹੀਂ ਹੋ ਸਕਦਾ ਤੋੜਿਆ ਨਹੀਂ ਜਾ ਸਕਦਾ ਮਿਟਿਆ ਨਹੀਂ ਜਾ ਸਕਦਾ ਮਾਰਿਆ ਨਹੀਂ ਜਾ ਸਕਦਾ ਭੰਨਿਆ ਨਹੀਂ ਜਾ ਸਕਦਾ ਉਹ ਅਗੰਜੋ ਹੈ ਜਿਹਦਾ ਨਾਸ ਨਾ ਹੋਵੇ ਉਸ ਪ੍ਰਭੂ ਨੂੰ ਅਗੰਝ ਕਹਿੰਦੇ ਹਨ ਗੰਝ ਨਾਮ ਫਾਰਸੀ ਦੀ ਗਿਣਤੀ ਦਾ ਵੀ ਹੈ ਜਿਹਦੀ ਗਿਣਤੀ ਮਿੰਤੀ ਨਾ ਹੋਵੇ ਉਹਨੂੰ ਵੀ ਅਗੰਝ ਕਹਿੰਦੇ ਹਨ ਹੋਰ ਵੀ ਅਰਥ ਵਿਦਵਾਨਾਂ ਨੇ ਸੰਪਰਦਾਇਆਂ ਨੇ ਕੀਤੇ ਅਗ ਅੰਜ ਜਿਹੜਾ ਪਰਮਾਤਮਾ ਪਾਪਾਂ ਨੂੰ ਨਾਸ ਕਰਨ ਵਾਲਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਹੜਾ ਅਗ ਤੇ ਪਾਣੀ ਨੂੰ ਪੈਦਾ ਕਰਨ ਵਾਲਾ ਹੈ ਇਦਾਂ ਬਿਆਨ ਤਰਥ ਕੀਤੇ ਸਮਰਦਾਈ ਗਿਆਨੀ ਸਿੰਘਾ ਨੇ ਸੋ ਪ੍ਰਮਾਤਮਾ ਅਗੰਜੋ ਹੈ ਅਭੰਜੋ ਜਿਹਨੂੰ ਭੰਨਿਆ ਨਹੀਂ ਜਾ ਸਕਦਾ ਦੁਨੀਆ ਦੀ ਹਰ ਚੀਜ਼ ਭੰਨੀ ਜਾ ਸਕਦੀ ਹੈ ਵੱਡੇ ਵੱਡੇ ਪਹਾੜ ਭੰਨ ਦਿੱਤੇ ਵੱਡੀਆਂ ਵੱਡੀਆਂ ਚੀਜ਼ਾਂ ਭੰਨ ਦਿੱਤੀਆਂ ਇਨਸਾਨ ਨੇ ਪਰ ਰੱਬ ਨੂੰ ਨਹੀਂ ਭੰਨ ਸਕਦਾ ਉਹ ਅਭੰਜੋ ਹੈ ਅਰੂਪੋ ਉਹਦਾ ਕੋਈ ਰੂਪ ਨਹੀਂ ਕਾਲਾ ਗੋਰਾ ਚਿੱਟਾ ਇਹ ਰੰਗ ਰੂਪ ਉਹਦੇ ਨਹੀਂ ਹਨ ਸਾਰਿਆਂ ਰੰਗਾਂ ਰੂਪਾਂ ਤੋਂ ਨਿਆਰਾ ਹੈ ਚੱਕਰ ਚੇਨ ਅਰ ਬਰਨ ਜਾਤ ਅਰ ਪਾਤ ਨੈਨ ਜਿਹੇ ਰੂਪ ਰੰਗ ਅਰ ਰੇਖ phekh ਕੋ ਕਹਿ ਨਾ ਸਕੋ ਅਰੂਪੋ ਅਰੇਖ ਰੇਖ ਕਹਿੰਦੇ ਜਿਹੜੀ ਹੱਥ ਦੀ ਇੱਤੇ ਰੇਖਾ ਹੁੰਦੀ ਹੈ ਪੈਰਾਂ 'ਚ ਵੀ ਰੇਖਾ ਹੁੰਦੀ ਹੈ ਅੰਗੂਠਿਆਂ ਦੀ ਰੇਖਾ ਸਰਕਾਰ ਨੋਟ ਰੱਖਦੀ ਹੈ ਅੱਜਕੱਲ੍ਹ ਕਿਤੇ ਵੀ ਕਿਸੇ ਬੰਦੇ ਦੇ ਹੱਥਾਂ ਦੇ ਤੇ ਪੈਰਾਂ ਦੇ ਨਿਸ਼ਾਨ ਲਏ ਜਾਂਦੇ ਆ ਅਕਾਲ ਪੁਰਖ ਦੇ ਹੱਥਾਂ ਦੇ ਤੇ ਪੈਰਾਂ ਦੇ ਨਿਸ਼ਾਨ ਕੋਈ ਨੋਟ ਨਹੀਂ ਕਰ ਸਕਦਾ ਕੋਈ ਮਸ਼ੀਨ ਐਸੀ ਨਹੀਂ ਬਣੀ ਜਿਹੜਾ ਅਕਾਲ ਪੁਰਖ ਦੇ ਅੰਗੂਠੇ ਲਵਾ ਲਵੇ ਆਖੋ ਸਤਨਾਮ ਸ੍ਰੀ ਵਾਇਗੁਰ ਰੇਖਾ ਤਾਂ ਰਹਿਤ ਹੈ ਹਾਂਜੀ ਆਗਾਦੋ ਆਬਾਦੋ ਆ ਭਰਮੋ ਆਲੇਖ ਆਗਾਦ ਕਹਿੰਦੇ ਆ ਡੂੰਘੇ ਨੂੰ ਸਮੁੰਦਰ ਤੋਂ ਵੀ ਡੂੰਘਾ ਹੈ ਸਮੁੰਦਰ ਤਾਂ ਸਾਸ ਸੰਗਤ ਜੀ ਅਕਾਲ ਪੁਰਖ ਦੇ ਗਿੱਟੇ-ਗਿੱਟੇ ਹੁੰਦਾ। ਸਮੁੰਦਰ ਤਾਂ ਪਰਮੇਸ਼ਰ ਦੇ ਗਿੱਟੇ ਦੇ ਬਰਾਬਰ ਵੀ ਨਹੀਂ। ਬਲਕੇ ਇੱਕ ਜਗ੍ਹਾ ਤੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਨਾਮਦੇਵ ਜੀ ਲਿਖਦੇ ਆ। ਸ਼ਬਦ ਸਮੁੰਦ ਜਾਚੈ ਘੜਥਲੀ ਸੋ ਐਸਾ ਰਾਜਾ ਸ੍ਰੀ ਨਰਹਰੀ। ਪ੍ਰਮਾਤਮਾ ਐਸਾ ਰਾਜਾ ਹੈ ਕਿ ਜਿਹੜੇ ਸੱਤ ਸਮੁੰਦਰ ਨੇ ਉਹ ਸੱਤ ਸਮੁੰਦਰ ਉਹਦੀ ਕੜਵੰਜੀ ਦੇ ਬਰਾਬਰ ਵੀ ਨਹੀਂ। ਕੜਵੰਜੀ ਜਿਹੜੇ ਪੰਜਾਬ ਚੋਂ ਆਏ ਉਹਨਾਂ ਨੂੰ ਪਤਾ ਹੋਣਾ ਹੈ ਪਹਿਲਾਂ ਆਪਾਂ ਘੜੇ ਰੱਖਦੇ ਸੀ ਨਾ ਮਿੱਟੀ ਦੇ ਘਰਾਂ ਵਿੱਚ ਤੇ ਘੜੇ ਦੇ ਥੱਲੇ ਲੋਹੇ ਦੀ ਵਾਇਰ ਨੂੰ ਲੱਕੜ ਦੀ ਇੱਕ ਚੌਖੜ ਜੀ ਬਣਾਈ ਹੁੰਦੀ ਸੀ ਉਹ ਜਿਹੜੀ ਚੌਖੜ ਹੁੰਦੀ ਸੀ ਉਹਦੇ ਤੇ ਘੜਾ ਟੱਗਾ ਰਹਿੰਦਾ ਸੀ ਡਿੱਗਦਾ ਨਹੀਂ ਸੀ ਉਹਦਾ ਬੈਲੈਂਸ ਬਣਿਆ ਰਹਿੰਦਾ ਸੀ ਘੜੇ ਦਾ ਉਹਨੂੰ ਕਹਿੰਦੇ ਸੀ ਕੜਵੰਜੀ ਤੇ ਘੜਥਲੀ ਵੀ ਕਹਿੰਦੇ ਆ ਘੜ ਥਲੀ ਘੜੇ ਦਾ ਥੱਲਾ ਘੜਥਲੀ ਗੁਰੂ ਗ੍ਰੰਥ ਸਾਹਿਬ ਜੀ ਘੜਥਲੀ ਸ਼ਬਦ ਹੈ ਉਹ ਜਦੋਂ ਘੜੇ ਚੋਂ ਪਾਣੀ ਪਾਈਦਾ ਸੀ ਤਾਂ ਘੜੇ ਚੋਂ ਪਾਣੀ ਪਾਣ ਲੱਗਿਆ ਛਲਕਾ ਵੱਜ ਕੇ ਤੋਲਾ ਦੋ ਤੋਲੇ ਪਾਣੀ ਮਮੂਲੀ ਜਿਹਾ ਥੋੜਾ ਜਿਹਾ ਬੂੰਦਕ ਪਾਣੀ ਕੜਵੰਜੀ ਤੇ ਵੀ ਪੈ ਜਾਂਦਾ ਸੀ ਜਾਂ ਥੋੜਾ ਘੜੇ ਚੋਂ ਸਿਮ ਕੇ ਵੀ ਥੋੜਾ ਥੋੜਾ ਉਹ ਘੜੀ ਕੜਵੰਜੀ ਗਿੱਲੀ ਹੋ ਜਾਂਦੀ ਸੀ ਪਰ ਉਹਦੇ ਚੋਂ 95 99% ਪਾਣੀ ਬੰਦੇ ਪੀਂਦੇ ਸਨ 1% ਘੜੇ ਦਾ ਪਾਣੀ ਕੜਵੰਜੀ ਨੂੰ ਛੂੰਦਾ ਸੀ ਬਾਕੀ ਦਾ ਬੰਦਿਆਂ ਦੇ ਲੋਕਾਂ ਦੇ ਕੰਮ ਆਉਂਦਾ 1% ਅੱਧਾ ਪਰਸੈਂਟ ਪਾਣੀ ਘੜੇ ਕੜਵੰਜੀ ਨੂੰ ਲੱਗਦਾ ਜਿਹੜਾ ਮਹਾਰਾਜ ਅਕਾਲ ਪੁਰਖ ਪਰਮੇਸ਼ਰ ਐਡਾ ਵੱਡਾ ਐਡਾ ਵੱਡਾ ਕਿ ਆ ਜਿਹੜੇ ਸੱਤ ਸਮੁੰਦਰ ਨੇ ਇਹਦਾ ਅਕਾਲ ਪੁਰਖ ਦੀ ਕੜਵੰਜੀ ਵੀ ਗਿੱਲੀ ਨਹੀਂ ਕਰਦੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਬਤ ਸਮੁੰਦ ਜਾਚੈ ਕੜਥਲੀ ਸੋ ਐਸਾ ਰਾਜਾ ਸ੍ਰੀ ਨਰਹਰੀ ਇਹ ਗੁਰੂ ਗ੍ਰੰਥ ਸਾਹਿਬ ਭਗਤ ਨਾਮ ਦੇ ਅੱਛਾ ਮਲਾਰ ਰਾਗ ਵਿੱਚ ਇਹ ਬਚਨ ਕਹੇ ਅਗਾਧੋ ਵੈਗਰੂ ਬਹੁਤ ਡੂੰਗਾ ਹੈ ਸਮੁੰਦਰ ਉਹਦੇ ਸਾਹਮਣੇ ਕੁਝ ਵੀ ਡੂੰਗਾ ਨਹੀਂ ਹਾਂਜੀ ਅਬਾਦੋ ਜਿਹਦਾ ਬਾਦ ਨਾ ਹੋ ਸਕੇ ਬਾਦ ਮੈਨੇ ਬੱਦ ਕਰ ਦੇਣਾ ਮਾਰ ਦੇਣਾ ਵੱਢ ਦੇਣਾ ਪਰਮੇਸ਼ਰ ਦਾ ਬੱਦ ਨਹੀਂ ਹੁੰਦਾ ਭਰਮੋ ਅਲਮੋ ਅਲੇਖਾ ਉਹ ਭਰਮਾਂ ਤੋਂ ਰਹਿਤ ਹੈ ਸੰਸਾਰ ਚ ਸਾਰਿਆਂ ਨੂੰ ਭਰਮ ਪੈ ਜਾਂਦੇ ਪਰਮੇਸ਼ਰ ਨੂੰ ਭਰਮ ਨਹੀਂ ਪੈਂਦਾ ਇੱਥੇ ਆਪਾਂ ਸਾਰੇ ਭਰਮ ਜੀ ਹਰ ਵੇਲੇ ਕੋਈ ਨਾ ਕੋਈ ਸ਼ੰਕਾ ਖੜਾ ਹੀ ਰਹਿੰਦਾ ਹੈ ਕੁਐਸਚਨ ਮੱਥੇ ਤੇ ਬਣਿਆ ਹੀ ਰਹਿੰਦਾ ਵੀ ਕੀ ਬਣੇਗਾ ਕੀ ਹੋਵੇਗਾ ਕੀ ਕਰਾਂਗੇ ਕਿੱਦਾਂ ਖਾਵਾਂਗੇ ਕਿੱਦਾਂ ਪੀਵਾਂਗੇ ਕਿੱਦਾਂ ਜੀਵਾਂਗੇ ਅੱਜ ਤੱਕ ਤਾਂ ਵਧੀਆ ਕੱਲ ਕੀ ਬਣੇਗਾ ਪਰਮੇਸ਼ਰ ਨੂੰ ਇਹ ਕੋਈ ਚੱਕਰ ਨਹੀਂ ਹੈ ਅਲਖ ਉਹ ਲੇਖਾਂ ਚ ਨਹੀਂ ਆਉਂਦਾ ਕਿਸੇ ਲੇਖੇ ਚ ਨਹੀਂ ਆਉਂਦਾ ਲੇਖੇ ਬਾਝ ਅਲਖ ਹਰ ਚੀਜ਼ ਦਾ ਹਿਸਾਬ ਕਿਤਾਬ ਹੋ ਸਕਦਾ ਪਰਮੇਸ਼ਰ ਦਾ ਕੋਈ ਹਿਸਾਬ ਕਿਤਾਬ ਨਹੀਂ ਹੋ ਸਕਦਾ ਹਾਂਜੀ ਰਾਗੂ ਆਰੂਪ ਉਹ ਰਾਗ ਤੋਂ ਮੋਹ ਤੋਂ ਰਹਿਤ ਹੈ ਅ ਰਾਗ ਨਾ ਮੋਹ ਦਾ ਅਹਿਸਾਸ ਸਿੰਘ ਜੀ ਲਗਾਓ ਹੁਣ ਕਿਸੇ ਚੀਜ਼ ਨਾਲ ਉਹਨੂੰ ਕਹਿੰਦੇ ਰਾਗ ਜਿਹੜਾ ਗਾਇਆ ਜਾਂਦਾ ਇਹ ਵੀ ਰਾਗ ਇਹ ਵੀ ਪਿਆਰ ਨਾਲ ਗਾਇਆ ਜਾਂਦਾ ਰਾਗ ਪ੍ਰੇਮ ਨੂੰ ਵੀ ਕਹਿੰਦੇ ਆ ਰਾਗ ਮੋਹ ਨੂੰ ਵੀ ਕਹਿੰਦੇ ਆ ਮਹਾਰਾਜ ਅਕਾਲ ਪੁਰਖ ਮੋਹ ਮਾਇਆ ਤੋਂ ਸਭ ਤੋਂ ਵੱਖਰਾ ਹੈ ਅਰਾਗੋ ਔਰ ਅਰੂਪੋ ਉਹਦਾ ਰੂਪ ਕੋਈ ਨਹੀਂ ਹੈ ਅਰੇਖੋ ਆਰੰਗ ਰੇਖ ਤੋਂ ਵੀ ਰਹਿਤ ਹੈ ਰੰਗਾਂ ਤੋਂ ਵੀ ਰਹਿਤ ਹੈ ਆ ਜਨਮ ਆ ਵਰਨੋ ਉਹ ਜਨਮ ਤੋਂ ਰਹਿਤ ਹੈ ਤੇ ਵਰਨ ਤੋਂ ਵੀ ਰਹਿਤ ਹੈ ਬਾਪੂਤੋ ਅਪੰਗ ਉਹ ਤਤਾਂ ਤੋਂ ਵੀ ਰਹਿਤ ਹੈ ਤੇ ਅਭੰਗ ਨਹੀਂ ਹੁੰਦਾ ਭੰਗ ਨਹੀਂ ਹੁੰਦਾ ਅਭੰਗ ਹੈ ਆਛੇਦੋ ਆਪੇਦੋ ਉਹ ਪਰਮਾਤਮਾ 'ਚ ਕੋਈ ਛੇਦ ਮੋਰੀ ਨਹੀਂ ਹੋ ਸਕਦੀ ਕੋਈ ਵਰਮਾ ਕੋਈ ਕਿਸੇ ਤਰ੍ਹਾਂ ਦਾ ਮਾਰ ਕੇ ਉਹਦੇ 'ਚ ਮੋਰੀ ਨਹੀਂ ਕਰ ਸਕਦਾ ਛੇਦ ਨਹੀਂ ਕਰ ਸਕਦਾ ਉਹ ਜੋਤ ਸਰੂਪ ਹੈ ਔਰ ਉਹ ਭੇਦ ਤੋਂ ਰਹਿਦਾ ਕੋਈ ਭੇਦ ਨਹੀਂ ਪਾ ਸਕਦਾ ਆ ਕਰਮੋਂ ਆ ਕਾਮ ਉਹ ਪਰਮਾਤਮਾ ਕਰਮਾਂ ਤੋਂ ਰਹਿਤ ਕਾਮਨਾ ਤੋਂ ਵੀ ਰਹਿਤ ਹੈ ਆਖੇ ਤੋ ਆ ਭੇਦ ਉਹਨੂੰ ਕੋਈ ਖੇਦ ਦੁੱਖ ਨਹੀਂ ਹੈ ਤੇ ਉਹਦਾ ਕੋਈ ਭੇਦ ਨਹੀਂ ਪਾ ਸਕਦਾ ਆ ਭਰਮੋਂ ਆ ਪਾਮ ਉਹ ਪਰਮਾਤਮਾ ਭਰਮ ਤੋਂ ਰਹਿਤ ਹੈ ਤੇ ਆ ਭਾਮ ਇਸ ਤੀ ਦ ਰਹਿਤ ਹੈ ਭਾਵ ਇੱਥੇ ਸੰਸਾਰ ਚ ਕੋਈ ਵੀ ਆ ਉਹਦੀ ਜੋੜਾ ਹੈ ਜਾਨਵਰ ਵੀ ਨਰਮਾ ਦਾ ਪਸ਼ੂ ਵੀ ਪੰਛੀ ਵੀ ਤਾਂ ਉਹ ਬੱਚੇ ਪੈਦਾ ਕਰ ਸਕਦੇ ਆ ਪਰ ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਇਸਤਰੀ ਬਣਿਆ ਆਪ ਹੀ ਪੁਰਸ਼ ਬਣਿਆ ਆਪੇ ਨਰ ਆਪੇ ਫੁਨ ਨਾਰੀ ਆਪ ਹੀ ਉਹਨੇ ਸਾਰਾ ਕੁਝ ਆਪਣੇ ਚੋਂ ਪੈਦਾ ਕੀਤਾ ਹੈ ਆਰੇਖੋ ਆਪੇਖੋ ਉਹ ਪ੍ਰਮਾਤਮਾ ਰੇਖ ਤੋਂ ਰਹਿਤ ਹੈ ਤੇ ਭੇਖ ਤੋਂ ਵੀ ਰਹਿਤ ਹੈ ਲੈਖੋ ਆਪੰਗ ਦੇਖੇ ਤੋਂ ਬਾਅਦ ਹੈ ਤੇ ਆ ਭੰਗ ਹੈ ਭੰਗ ਨਹੀਂ ਹੁੰਦਾ ਕਿਸੇ ਦੁਆਰਾ ਉਹਨੂੰ ਕੋਈ ਭੰਗ ਨਹੀਂ ਕਰ ਸਕਦਾ ਜਿਵੇਂ ਕੋਈ ਕਾਉਂਸਲ ਬਣਦੀ ਕੋਈ ਸਭਾ ਬਣਦੀ ਕੋਈ ਸੁਸਾਇਟੀ ਬਣਦੀ 5-7 ਸਾਲ ਬਾਅਦ ਕਹਿੰਦੇ ਇਹਨੂੰ ਭੰਗ ਕਰ ਦਿਓ ਇਹਨੂੰ ਤੋੜ ਦਿਓ ਕੋਈ ਚੀਜ਼ ਬਣਾਈ ਇਹਨੂੰ ਭੰਗ ਕਰ ਦਿਓ ਪੰਕਾਲਪੁਰਖ ਨੂੰ ਕੋਈ ਭੰਗ ਨਹੀਂ ਕਰ ਸਕਦਾ ਖੁਦਾਬੰਦ ਬਖਸ਼ੰਦੇ ਰੰਗ ਰੰਗ ਉਹ ਪ੍ਰਮਾਤਮਾ ਰੰਗ ਰੰਗ ਦੀਆਂ ਬਖਸ਼ਿਸ਼ਾਂ ਕਰਦਾ ਰੰਗ ਰੰਗ ਦੀਆਂ ਖੁਦਾਬੰਦ ਬਖਸ਼ਿੰਦੇ ਹੈ ਰੰਗ ਰੰਗ ਇਹ ਸਹਿਬ ਕਲਗੀਧਰ ਜੀ ਨੇ ਪਹਿਲੀ ਹਕਾਇਤ ਲਿਖੀ ਇਹ ਦੇ ਵਿੱਚ ਮਹਾਰਾਜ ਨੇ ਆਪਣੀ ਸਾਰੀ ਦਾਸਤਾਨ ਬਿਆਨ ਕਰਕੇ ਫਿਰ 11 ਕਹਾਣੀਆਂ ਉਸ ਬਾਦਸ਼ਾਹ ਨੂੰ ਐਸੀਆਂ ਸੁਣਾਈਆਂ ਜਿਹੜੀਆਂ ਵੱਖੋ-ਵੱਖ ਵਿਸ਼ਿਆਂ ਤੇ ਸਨ ਉਹਦੇ ਵਿੱਚ ਬਾਦਸ਼ਾਹ ਨੂੰ ਤੋਲਿਆ ਉਹਨਾਂ ਕਹਾਣੀਆਂ ਦੇ ਨਾਲ ਤੁਲਨਾ ਕੀਤੀ ਤੂੰ ਕਿੱਥੇ ਖੜਾ ਹੈ ਤੇ ਆਹ ਦੇਖ ਕੌਣ ਕਿੱਥੇ ਖੜਾ ਹੈ ਹਜ਼ੂਰ ਨੇ ਇੱਕ ਕਹਾਣੀ ਜਿਹੜੀ ਸੁਣਾਈ ਉਹ ਮਹਾਰਾਜਾ ਦਲੀਪ ਦੀ ਸੀ ਮਾਨਤਾਤੇ ਦਾ ਪੁੱਤਰ ਸੂਰਜਵੰਸੀ ਰਾਜਾ ਮਾਨਤਾਤਾ ਹੋਇਆ ਉਹਦੇ ਚਾਰ ਪੁੱਤਰ ਸਨ ਮਹਾਰਾਜ 11ਵੇਂ ਪਾਸ਼ਾ ਲਿਖਦੇ ਨੇ ਚਾਰਾਂ ਪੁੱਤਰਾਂ ਨੂੰ ਰਾਜੇ ਨੇ ਸੱਦਿਆ ਮਾਨਤਾਤੇ ਨੇ ਵੱਡੇ ਪੁੱਤਰ ਨੂੰ 10000 ਹਾਥੀ 10 ਲੱਖ ਮੋਹਰਾਂ ਦਿੱਤੀਆਂ ਸੋਨੇ ਦੀਆਂ ਛੋਟੇ ਪੁੱਤਰ ਨੂੰ 10000 ਊਂਠ 10 ਲੱਖ ਮੋਹਰਾਂ ਸੋਨੇ ਦੀਆਂ ਤੀਸਰੇ ਪੁੱਤਰ ਨੂੰ 10 ਲੱਖ 10000 ਘੋੜੇ 10 ਲੱਖ ਮੋਹਰਾਂ ਚੌਥੇ ਪੁੱਤਰ ਨੂੰ ਇੱਕ ਦਾਣਾ ਮੂੰਗੀ ਦਾ ਅੱਧਾ ਦਾਣਾ ਛੋਲਿਆਂ ਦੀ ਦਾਲ ਦਾ ਦਿੱਤਾ ਚਾਰਾਂ ਪੁੱਤਰਾਂ ਨੂੰ ਕਿਹਾ ਜਾਓ ਆਪਣਾ ਆਪਣਾ ਕਮਾਓ ਤੇ ਆਪਣਾ ਆਪਣਾ ਖਾਓ ਕਈ ਸਾਲ ਲੰਘੇ 사ਜੂ ਦਾ ਸਮਾਂ ਸੀ ਉਮਰਾਂ ਵੱਡੀ ਸੀ ਉਹਨਾਂ ਪੁੱਤਰਾਂ ਨੇ ਕੋਈ ਪਰਵਾਹ ਨਾ ਕੀਤੀ ਚਾਰਾਂ ਨੂੰ ਇੱਕ ਵਾਰੀ ਇਕੱਠਿਆਂ ਹੀ ਸੱਦ ਲਿਆ ਮਹਾਰਾਜ ਮਾਨਤਾਤੇ ਨੇ ਕਹਿਣ ਲੱਗਾ ਬੱਚਿਓ ਇਹ ਦੱਸੋ ਜੋ ਜੋ ਤੁਹਾਨੂੰ ਦਿੱਤਾ ਸੀ ਉਹਦਾ ਕੀ ਬਣਿਆ ਹੈ ਵੱਡੇ ਦੀ ਵਾਰੀ ਆਈ ਉਹ ਕਹਿਣ ਲੱਗਾ ਤੁਸੀਂ ਮੈਨੂੰ 10000 ਹਾਥੀ ਦਿੱਤੇ ਸੀ ਕੁਝ ਹਾਥੀ ਬਿਮਾਰ ਹੋ ਗਏ ਕੁਝ ਮਰ ਗਏ ਕੁਝ ਜੰਗ ਦੇ ਵਿੱਚ ਕੰਮ ਆ ਗਏ ਕੁਝ ਮੈਂ ਵੇਚ ਦਿੱਤੇ ਜਿਹੜੀਆਂ ਤੁਸੀਂ ਮੋਹਰਾਂ ਦਿੱਤੀਆਂ ਸੀ ਉਹ ਵੀ ਮੈਂ ਖਾ ਪੀ ਲਈਆਂ ਦੂਸਰੇ ਨੇ ਪੁੱਛਿਆ ਤੇਰੇ ਪੈਸਿਆਂ ਦਾ ਤੇ ਊਠਾਂ ਦਾ ਕੀ ਬਣਿਆ ਉਹ ਕਹਿੰਦਾ ਕੁਝ ਊਠ ਮਰ ਗਏ ਕੁਝ ਬਿਮਾਰ ਹੋ ਗਏ ਕੁਝ ਵੇਚ ਦਿੱਤੇ ਕੋਈ ਜੰਗ 'ਚ ਕੰਮ ਆ ਗਏ ਮੋਹਰਾ ਖਾ ਪੀ ਲਈਆਂ ਤੀਸਰੇ ਨੇ ਪੁੱਛਿਆ ਪੁੱਛਿਆ ਤੂੰ ਕੀ ਕੀਤਾ ਹੈ ਉਹ ਕਹਿੰਦਾ ਮੈਂ ਘੋੜੇ ਕੁਝ ਜੰਗ 'ਚ ਮਰ ਗਏ ਕੁਝ ਬਿਮਾਰ ਹੋ ਗਏ ਕੁਝ ਵੇਚ ਦਿੱਤੇ ਪੈਸੇ ਖਾ ਪੀ ਲਏ ਚੌਥੇ ਨੇ ਪੁੱਛਿਆ ਤੈਨੂੰ ਮਿਲਿਆ ਸੀ ਮੂੰਗੀ ਦਾ ਦਾਣਾ ਤੇ ਅੱਧਾ ਛੋਲਿਆਂ ਦਾ ਦਾਣਾ ਤੂੰ ਕੀ ਕੀਤਾ ਚੌਥਾ ਕਹਿਣ ਲੱਗਾ ਪਿਤਾ ਜੀ ਜਿਹੜਾ ਤੁਸੀਂ ਦਿੱਤਾ ਸੀ ਮੂੰਗੀ ਦਾ ਦਾਣਾ ਉਹ ਮੈਂ ਬੀਜ ਦਿੱਤਾ ਸੀ ਜ਼ਮੀਨ ਦੇ ਵਿੱਚ ਉਹਦੇ ਚ ਬਹੁਤ ਦਾਣੇ ਹੋਏ ਤੇ ਜਿਹੜਾ ਮੈਨੂੰ ਤੁਸੀਂ ਅੱਧਾ ਦਾਣਾ ਦਿੱਤਾ ਸੀ ਛੋਲਿਆਂ ਦਾ ਉਹ ਮੈਂ ਕਿਸੇ ਦੁਕਾਨਦਾਰ ਨਾਲ ਸੌਦਾ ਕੀਤਾ ਵੀ 6 ਮਹੀਨਿਆਂ ਬਾਅਦ ਤੇਰਾ ਦਾਣਾ ਪੂਰਾ ਕਰ ਦੇਵਾਂਗਾ ਆ ਅੱਧਾ ਰੱਖ ਲੈ ਤੇ ਮੈਨੂੰ ਪੂਰਾ ਦੇ ਦੇ ਅੱਧਾ ਦਾਣਾ ਉਹਦਾ ਨਹੀਂ ਉਹਨੇ ਮੈਨੂੰ ਪੂਰਾ ਦਾਣਾ ਦਿੱਤਾ ਵੀ 6 ਮਹੀਨਿਆਂ ਬਾਅਦ ਮਿਲ ਜਾਏਗਾ ਉਹ ਦਾਣਾ ਮੈਂ ਜ਼ਮੀਨ 'ਚ ਬੀਜਿਆ ਛੋਲਿਆਂ ਦਾ ਉਹਦੇ ਤੋਂ ਹੋਰ ਦਾਣੇ ਹੋਏ ਹੋਰ ਹੋਏ ਹੋਰ ਹੋਏ ਮੈਂ ਉਹਦੇ ਨਾਲ ਆਪਣਾ ਵਪਾਰ ਕਰਦਿਆਂ 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 ਮੂੰਗੀ ਦਾਣੇ ਨਾਲ ਤੇ ਛੋਲਿਆਂ ਦੇ ਦਾਣੇ ਨਾਲ 10000 ਹਾਥੀ ਖਰੀਦੇ 10000 ਊਂਟ ਖਰੀਦੇ 10000 ਘੋੜੇ ਖਰੀਦੇ ਤੇ ਮਹਾਰਾਜ ਮੂੰਗੀਪਟਨ ਮੂੰਗੀ ਦੇ ਨਾਲ ਮੈਂ ਇੱਕ ਸ਼ਹਿਰ ਵਸਾਇਆ ਮੂੰਗੀਪਟਨ ਸਾਊਥ ਇੰਡੀਆ ਵਿੱਚ ਹੈ ਮੂੰਗੀਪਟਨ ਮੂੰਗੀਪਟਨ ਸ਼ਹਿਰ ਵਸਾਇਆ ਤੇ ਦੂਜਾ ਤੁਸੀਂ ਮੈਨੂੰ ਦਿੱਤਾ ਸੀ ਛੋਲਿਆਂ ਦਾ ਦਾਣਾ ਉਹਦੇ ਨਾਲ ਮੈਂ ਦਿੱਲੀ ਸ਼ਹਿਰ ਵਸਾਇਆ ਹਿੰਦੁਸਤਾਨ ਦੀ ਰਾਜਧਾਨੀ ਹੈ ਮਹਾਰਾਜ ਦਸਵੇਂ ਪਾਸ਼ਾ ਕਹਿੰਦੇ ਰੰਗਸੇਬ ਦੇਖ ਇੱਕ ਉਹ ਬੰਦਾ ਸੀ ਜਿਹਨੇ ਛੋਲਿਆਂ ਦੇ ਦਾਣੇ ਤੋਂ ਦਿੱਲੀ ਵਸਾਤੀ ਦਾਲ ਦੇ ਦਾਣੇ ਤੋਂ ਇਕ ਤੂੰ ਹੈ ਜਿਹੜਾ ਉੱਥੇ ਰਹਿ ਕੇ ਉਹਨੂੰ ਉਜਾੜ ਰਿਹਾ ਤੇ ਬਰਬਾਦ ਕਰ ਰਿਹਾ ਹੈ। ਇਦਾਂ ਦੀਆਂ ਕੋ ਨੂੰ ਕਹਾਣੀਆਂ ਸੁਣਾਈਆਂ, ਔਰਤਾਂ ਦੀਆਂ ਵੀ ਸੁਣਾਈਆਂ, ਚੰਗੀਆਂ ਬਹਾਦਰ ਔਰਤਾਂ ਦੀਆਂ ਵੀ ਸੁਣਾਈਆਂ ਤੇ ਬਦਕਾਰ ਤੋਂ ਬਦਕਾਰ ਔਰਤਾਂ ਦੀਆਂ ਵੀ ਸੁਣਾਈਆਂ। ਚੰਗੇ ਧਰਮੀ ਬੰਦਿਆਂ ਦੀਆਂ ਵੀ ਸੁਣਾਈਆਂ, ਭੈੜੇ ਬੰਦਿਆਂ ਦੀਆਂ ਵੀ ਸੁਣਾਈਆਂ। ਸਾਰੀਆਂ ਗੱਲਾਂ ਦਾ ਨਿਚੋੜ ਕੱਢਿਆ ਵੀ ਤੂੰ ਇਹਨਾਂ ਸਾਰਿਆਂ ਤੋਂ ਭੈੜਾ ਹੈਂ। ਤੂੰ ਇਹਨਾਂ ਦੇ ਸਾਹਮਣੇ ਕੁਝ ਵੀ ਨਹੀਂ ਹੈਂ। ਉਹ ਸਾਰੀਆਂ ਗੱਲਾਂ ਮਹਾਰਾਜ ਨੇ ਲਿਖ ਕੇ ਇੱਕ ਦਸਤਾਵੇਜ਼ ਤਿਆਰ ਕੀਤਾ ਪਿੰਡ ਦੀਨੇ ਕਾਂਗੜ ਤੋਂ ਸਤਿਗੁਰਾਂ ਨੇ ਦੋ ਸਿੰਘਾਂ ਨੂੰ ਤਿਆਰ ਕੀਤਾ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਭਾਈ ਸਾਹਿਬ ਭਾਈ ਧਰਮ ਸਿੰਘ ਜੀ ਪੰਜਾਂ ਪਿਆਰਿਆਂ ਦੇ ਮੋਢੀ ਸਿੰਘ ਸਨ ਦੋਵੇਂ ਹੀ ਇਹਨਾਂ ਨੂੰ ਦੋਵਾਂ ਨੂੰ ਸਤਿਗੁਰਾਂ ਨੇ ਤੋਰਿਆ ਜਿਵੇਂ ਐਧੀ ਜਾਂਦੇ ਹਨ ਉਹਨਾਂ ਦਿਨ ਅਜ ਐਧੀ ਜਿਹੜੇ ਹੁੰਦੇ ਸਨ ਬਾਦਸ਼ਾਹ ਦੇ ਉਹ ਮੰਜੇ ਦੀ ਸਵਾਰੀ ਕਰਦੇ ਸਨ ਘੋੜੇ ਦੀ ਸਵਾਰੀ ਨਹੀਂ ਹਾਥੀ ਦੀ ਸਵਾਰੀ ਨਹੀਂ ਪਾਲਕੀ ਦੀ ਸਵਾਰੀ ਨਹੀਂ ਮੰਝੇ ਦੀ ਸਵਾਰੀ ਮੰਝਾ ਵਿਚਾਰ ਰਹਿਣਾ ਚਾਦਰ ਬਿਸਤਰਾ ਉਹਦੇ ਉੱਤੇ ਬੈਠ ਜਾਣਾ ਚੌਂਕੜਾ ਮਾਰ ਕੇ ਬਾਦਸ਼ਾਹ ਦੇ ਐਧੀਆਂ ਨੂੰ ਇੱਕ ਪਿੰਡ ਵਾਲੇ ਦੂਜੇ ਪਿੰਡ ਛੱਡ ਕੇ ਆਉਂਦੇ ਸਨ ਦੂਜੇ ਪਿੰਡ ਵਾਲੇ ਤੀਜੇ ਪਿੰਡ ਛੱਡ ਆਉਂਦੇ ਸਨ ਉਹ ਲੋਕਾਂ ਦੇ ਮੋਢਿਆਂ ਦੀ ਸਵਾਰੀ ਕਰਦੇ ਸਨ ਪਾਤਸ਼ਾਹ ਨੇ ਆਖਿਆ ਸਾਡਾ ਐਧਿਆ ਵੀ ਇਸੇ ਤਰ੍ਹਾਂ ਹੀ ਜਾਏਗਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਭਾਈ ਦਇਆ ਸਿੰਘ ਜੀ ਪਲੰਗੇ ਤੇ ਬੈਠ ਗਏ ਭਾਈ ਧਰਮ ਸਿੰਘ ਜੀ ਨਾਲ ਤੁਰ ਪਏ ਤੇ ਦੀਨੇ ਕਾਂਗੜ ਤੋਂ ਸੰਗਤ ਨੇ ਮੰਝਾ ਚੁੱਕਿਆ ਉਹ ਮੰਝਾ ਚੁੱਕ ਕੇ ਇੱਕ ਪਿੰਡ ਤੋਂ ਦੂਜੇ ਦੂਜੇ ਤੋਂ ਤੀਜੇ ਕਿੱਥੇ ਪਹੁੰਚ ਗਏ ਦੱਖਣ ਦੇ ਵਿੱਚ ਔਰੰਗਾਬਾਦ ਸ਼ਹਿਰ ਧਾਵਣੀ ਮਹੱਲਾ ਉੱਥੇ ਉਦਾਸੀ ਸੰਤਾਂ ਦਾ ਡੇਰਾ ਸੀ ਅੱਜ ਵੀ ਹੈ ਅੱਜ ਵੀ ਉਸ ਉਦਾਸੀ ਸੰਤਾਂ ਦੇ ਡੇਰੇ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਔਰ ਉਹਦੇ ਸਾਹਮਣੇ ਭਾਈ ਦਿਆ ਸਿੰਘ ਦਾ ਗੁਰਦੁਆਰਾ ਸਿਰਫ 1 20 ਫੁੱਟ ਦੀ ਗਲੀ ਦਾ ਹੀ ਫਰਕ ਹੈ। ਉੱਥੇ ਉਦਾਸੀ ਸੰਤਾਂ ਨੂੰ ਜਾ ਕੇ ਮਿਲੇ ਤੇ ਉਥੋਂ ਪਤਾ ਕੀਤਾ ਔਰੰਗਜ਼ੇਬ ਕਿੱਥੇ ਹੈ। 120 ਮੀਲ ਉਥੋਂ ਅਹਿਮਦਨਗਰ ਦੂਰ ਹੈ। ਉੱਥੇ ਔਰੰਗਜ਼ੇਬ ਠਹਿਰੇ ਹੋਇਆ ਸੀ। ਭਾਈ ਸਾਹਿਬ ਉਥੋਂ ਚੱਲ ਕੇ ਅਹਿਮਦਨਗਰ ਪਹੁੰਚੇ ਬਾਦਸ਼ਾਹ ਔਰੰਗਜ਼ੇਬ ਨੂੰ ਮਿਲਣ ਵਾਸਤੇ ਉਹਨਾਂ ਨੇ ਬਹੁਤ ਹੀਲੇ ਕੀਤੇ ਬਹੁਤ ਯਤਨ ਕੀਤੇ ਪਰ ਬਾਦਸ਼ਾਹ ਦੇ ਬੰਦੇ ਜਿਹੜੇ ਮੁਖੀ ਦਰਬਾਰੀ ਬੰਦੇ ਸਨ ਉਹਨਾਂ ਨੇ ਭਾਈ ਸਾਹਿਬ ਜੀ ਨੂੰ ਬਾਦਸ਼ਾਹ ਦੀ ਕਚਹਿਰੀ ਚ ਆਪੜ ਨਹੀਂ ਦਿੱਤਾ ਅਖੀਰ ਭਾਈ ਸਾਹਿਬ ਨੇ ਅਰਦਾਸ ਕੀਤੀ ਸ੍ਰੀ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕਿ ਗਰੀਬ ਨਿਵਾਜ਼ ਜਿਹੜੇ ਕੰਮ ਲਈ ਆਪ ਜੀ ਨੇ ਭੇਜਿਆ ਸੀ ਉਹ ਕੰਮ ਨਹੀਂ ਹੋ ਰਿਹਾ ਕਿਉਂਕਿ ਬਾਦਸ਼ਾਹ ਔਰੰਗਜ਼ੇਬ ਸਾਨੂੰ ਕਚਹਿਰੀ ਵਿੱਚ ਹੀ ਨਹੀਂ ਵੜਨ ਦਿੰਦਾ ਉਹਦੀ ਕਚਰੀ ਦੇ ਬੰਦੇ ਹੀ ਸਾਨੂੰ ਨੇੜੇ ਨਹੀਂ ਲੱਗਣ ਦਿੰਦੇ ਤਾਂ 사ਤਗੁਰਾਂ ਨੇ ਸਿੰਘਾਂ ਨੂੰ ਹੌਸਲਾ ਦਿੱਤਾ ਵੀ ਤੁਸੀਂ ਤੀਜ ਰੱਖੋ ਅਸੀਂ ਆਪੇ ਹੀ ਔਰੰਗਜ਼ੇਬ ਨੂੰ ਪ੍ਰੇਰਣਾ ਕਰਾਂਗੇ ਸਾਧ ਸੰਗਤ ਜੀ ਔਰੰਗਜ਼ੇਬ ਬਾਦਸ਼ਾ ਆਤਮਿਕ ਬਲ ਰੱਖਦਾ ਸੀ ਔਰ ਇਹ ਬਾਲੋ ਨੂੰ ਸਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਦੋਂ ਦਿੱਲੀ ਗਏ ਬੰਗਲਾ ਸਾਹਿਬ ਉਹ ਬਾਦਸ਼ਾ ਨੇ ਜ਼ਿੱਦ ਕੀਤੀ ਕਿ ਮੈਨੂੰ ਕੋਈ ਗੁਰੂ ਸਾਹਿਬ ਦੇ ਦਰਸ਼ਨ ਕਰਾਓ ਰਾਜਾ ਜੈ ਸਿੰਘ ਨੂੰ ਬੜੀ ਉਹਨੇ ਮਜ਼ੋਰ ਪਾਇਆ ਵੀ ਗੁਰੂ ਸਾਹਿਬ ਗੁਰੂ ਹਰਿਕ੍ਰਿਸ਼ਨ ਸਾਹਿਬ ਮੇਰੇ ਦਰਬਾਰ ਚ ਆਉਣ ਜਾਂ ਮੈਨੂੰ ਆਪਣੇ ਦਰਬਾਰ ਚ ਆਉਣ ਦੀ ਆਗਿਆ ਦੇਣ ਪਰ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਬਚਨ ਸੀ ਵੀ ਸਾਡੇ ਪਿਤਾ ਜੀ ਨੇ ਤੇਰੇ ਦਰਸ਼ਨ ਨਹੀਂ ਕੀਤੇ ਨਾ ਤੈਨੂੰ ਦਰਸ਼ਨ ਦਿੱਤੇ ਅਸੀਂ ਵੀ ਨਹੀਂ ਦਰਸ਼ਨ ਦੇ ਨਹਿ ਬਲੇਸ਼ ਕੋ ਦਰਸ਼ਨ ਦੇਹ ਜਿਹੜੇ ਬੰਦੇ ਨੇ ਆਪਣੇ ਭro ਭਰਾ ਮਾਰਤੇ ਹਨ ਪਿਓ ਮਾਰ ਦਿੱਤਾ ਹੈ ਜਿਹੜਾ ਬੰਦਾ ਧਰਮ ਦਾ ਦੁਖੀ ਹੈ ਉਹਦੇ ਦਰਸ਼ਨ ਨਹੀਂ ਕਰਨੇ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨਹੀਂ ਬਾਦਸ਼ਾਹ ਕੋ ਗਏ ਬਾਦਸ਼ਾਹ ਨੇ ਬਾਰ ਬਾਰ ਬੇਨਤੀਆਂ ਕੀਤੀਆਂ ਤਾਂ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਚੋਂ ਇੱਕ ਸ਼ਬਦ ਲਿਖ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਗੁਰਬਾਣੀ ਦਾ ਬਾਦਸ਼ਾਹ ਨੂੰ ਭੇਜਿਆ ਵੀ ਇਹ ਪੜ ਲੈ ਤੈਨੂੰ ਜੋ ਚਾਹੀਦਾ ਮਿਲ ਜਾਏਗਾ ਜਦੋਂ ਸੇਵਾਦਾਰਾਂ ਨੇ ਜਾ ਕੇ ਉਹ ਬਾਣੀ ਦਾ ਸ਼ਬਦ ਦਿੱਤਾ ਵੀ ਇਹ ਗੁਰੂ ਜੀ ਦੀ ਚਿੱਠੀ ਆਈ ਹੈ ਉਹ ਕਹਿੰਦੇ ਕਿਉਂਕਿ ਗੁਰੂ ਸਾਹਿਬ ਦੀ ਸ਼ਕਤੀ ਨੂੰ ਜਾਣ ਚੁੱਕਾ ਸੀ ਪਹਿਲਾਂ ਪਹਿਲਾਂ ਬਾਬਾ RAM RAJ ਜੀ ਨੇ 372 ਕਰਾ ਮਾਤਾ ਦਿੱਲੀ ਚ ਦਿਖਾਈਆਂ ਪ੍ਰਸਿੱਧ ਹਨ ਬੜੀਆਂ ਸੂਰਜ ਪ੍ਰਕਾਸ਼ ਲਿਖੀਆਂ ਉਹ ਵੱਡੇ ਸਨ ਸਤਿਗੁਰਾਂ ਦੇ ਵੱਡੇ ਭਾਈ ਸਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਉਹਨਾਂ ਦੀ ਸ਼ਕਤੀ ਤੋਂ ਵੀ ਪ੍ਰਭਾਵਿਤ ਸੀ ਬਹੁਤ ਫਿਰ ਉਹਨੂੰ ਪਤਾ ਵੀ ਇਹ ਵੀ ਛੋਟੇ ਭਾਈ ਗੱਦੀ ਤੇ ਬੈਠੇ ਐ ਤੇ ਦਿੱਲੀ ਸ਼ਹਿਰ ਚ ਚੇਚਕ ਦੀ ਬਿਮਾਰੀ ਬਹੁਤ ਫੈਲੀ ਹੋਈ ਸੀ ਹੈਜਾ ਫੈਲਿਆ ਹੋਇਆ ਸੀ ਬੰਦੇ ਬਹੁਤ ਮਰ ਰਹੇ ਸਨ ਬਾਦਸ਼ਾਹ ਨੇ ਬੇਨਤੀ ਕੀਤੀ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਕਿਰਪਾ ਕਰੋ ਦਿੱਲੀ ਸ਼ਹਿਰ ਬਚਾਓ ਤਾਂ 사ਤਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਪਣੇ ਇਸ਼ਨਾਨ ਵਾਲਾ ਜਲ ਬਖਸ਼ਿਸ਼ ਕੀਤਾ ਸੀ ਜਿਹੜਾ ਬੰਗਲਾ ਸਾਹਿਬ ਅੱਜ ਵੀ ਉਹ ਮਰਿਆਦਾ ਹੈ ਕਿ ਉੱਥੇ ਉਸ ਜਿਹੜਾ ਇਸ਼ਨਾਨ ਵਾਲਾ ਜਲ ਹੈ ਉਹ ਰੋਗੀ ਬਿਮਾਰ ਦੁਖੀ ਕੋਈ ਵੀ ਛਕ ਲਵੇ ਕਿਰਪਾ ਹੋ ਜਾਂਦੀ ਹੈ ਦਿਨਾਂ ਵਿੱਚ ਹੀ ਤੰਦਰੁਸਤ ਹੋ ਜਾਂਦਾ ਸੋ ਉਹ ਜਲ 사ਤਗੁਰੂ ਜੀ ਨੇ ਚ ਬੱਚੇ ਚ ਪਾ ਦਿੱਤਾ ਸੀ ਜਿਹੜਾ ਵੀ ਚੁੜਾ ਛਕਦਾ ਸੀ ਉਹ ਹੀ ਰਾਜੀ ਹੋ ਜਾਂਦਾ ਸੀ ਦਿੱਲੀ ਸਾਰੀ ਰਾਜੀ ਹੋ ਗਈ ਬਾਦਸ਼ਾਹ ਔਰੰਗਜ਼ੇਬ ਨੂੰ ਮਹਿਸੂਸ ਹੋ ਗਿਆ ਕਿ ਬੜੀ ਮਹਾਨ ਸ਼ਕਤੀ ਦੇ ਮਾਲਕ ਹਨ ਗੁਰੂ ਨਾਨਕ ਦੀ ਗੱਦੀ ਹੈ ਇਸ ਕਰਕੇ ਦਰਸ਼ਨ ਕਰਨੇ ਚਾਹੀਦੇ ਪਰ ਮਹਾਰਾਜ ਨੇ ਆਖਿਆ ਵੀ ਦਰਸ਼ਨ ਦੇਣੇ ਨਹੀਂ ਜੇ ਦਰਸ਼ਨ ਕਰਨਿਆ ਗੁਰਬਾਣੀ ਦਾ ਸ਼ਬਦ ਪੜ ਲਾ ਸਾਡੀ ਇਹ ਇਹਦੇ ਪੜਨ ਦੇ ਨਾਲ ਹੀ ਤੈਨੂੰ ਜੋ ਚਾਹੇਗਾ ਮਿਲ ਜਾਏਗਾ ਸੋ ਸਾਧ ਸੰਗਤ ਜੀ ਔਰੰਗਜ਼ੇਬ ਨੇ ਉਹ ਸ਼ਬਦ ਪੜਿਆ ਉਹ ਉਹਦੇ ਜੇ ਇਹ ਬੱਲ ਆ ਗਿਆ ਵੀ ਆਪਣੀ ਸ਼ਕਤੀ ਨਾਲ ਉਹ ਗੁਰੂ ਸਾਹਿਬ ਬਾਣੀ ਦੇ ਆਸਰੇ ਨਾਲ ਉੱਡ ਕਰਕੇ ਮੱਕੇ ਚਲਾ ਜਾਂਦਾ ਸੀ ਰੋਜ਼ ਧਿਆਨ ਲਾਂਦਾ ਸੀ ਤੇ ਮੱਕੇ ਜਾ ਕੇ ਇੱਕ ਨ ਟਾਈਮ ਦੀ ਨਮਾਜ਼ ਜਿਹੜੀ ਐ ਉਹ ਮੱਕੇ 'ਚ ਪੜਦਾ ਸੀ ਬਹੁਤ ਸ਼ਕਤੀ ਗੁਰੂ ਘਰ ਤੋਂ ਹੀ ਮਿਲੀ ਸੀ ਪਰ ਹੰਕਾਰੀ ਲੋਕ ਜਿਹੜੇ ਹੁੰਦੇ ਐ ਨਾ ਇਹ ਕੋਈ ਚੀਜ਼ ਕਿਸੇ ਤੋਂ ਲੈ ਕੇ ਉਹਦਾ ਅਹਿਸਾਨ ਨਹੀਂ ਮੰਨਦੇ ਆਪ ਕਰਤੇ ਬਣ ਜਾਂਦੇ ਐ ਸਾਨੂੰ ਸਾਰਿਆਂ ਨੂੰ ਪਰਮੇਸ਼ਰ ਨੇ ਦਿੱਤਾ ਹੋਇਆ ਸਾਡਾ ਕੁਝ ਵੀ ਨਹੀਂ ਪਰ ਅਸੀਂ ਕਦੋਂ ਮੰਨਦੇ ਆ ਵੀ ਪਰਮੇਸ਼ਰ ਦਾ ਦਿੱਤਾ ਹੋਇਆ ਆਪਣਾ ਹੀ ਮੰਨਦੇ ਆ ਇਹੀ ਤਾਂ ਸਾਡੇ ਚ ਕਮਜ਼ੋਰੀ ਹੈ ਹੋਰ ਕੀ ਹੈ ਰੱਬ ਤਾਂ ਸਾਡੇ ਨੇੜੇ ਹੀ ਹੈ ਪਰ ਸਾਡਾ ਹੰਕਾਰ ਨਹੀਂ ਸਾਨੂੰ ਰੱਬ ਦੇ ਨੇੜੇ ਜਾਣ ਦਿੰਦਾ ਹੰਕਾਰ ਸੀ ਵੀ ਮੈਂ ਹੀ ਆ ਉਹ ਇਹ ਗੁਰੂ ਸਾਹਿਬ ਦੀ ਬਾਤ ਨੂੰ ਭੁੱਲੀ ਬੈਠਾ ਸੀ ਇਸੇ ਕਰਕੇ ਰੋਜ਼ ਜ਼ੁਲਮ ਕਰਦਾ ਸੀ ਅਤਿਆਚਾਰ ਕਰਦਾ ਸੀ ਮੱਕੇ ਵੀ ਜਾਂਦਾ ਸੀ ਜਦੋਂ ਮੱਕੇ ਪਹੁੰਚਿਆ ਸਾਹਿਬ ਕਲਗੀਧਰ ਪਾਤਸ਼ਾਹ ਵੀ ਆਤਮਕ ਬਲ ਦੁਆਰਾ ਔਰੰਗਜ਼ੇਬ ਨੂੰ ਮੱਕੇ ਜਾ ਕੇ ਰਿਆ ਘੋੜੇ ਤੇ ਪਾਤਸ਼ਾਹ ਸਵਾਰ ਕਲਗੀ ਲੱਗੀ ਹੈ ਸ਼ਸਤਰਾਂ ਵਸਤਰਾਂ ਨਾਲ ਸਜੇ ਔਰੰਗਜ਼ੇਬ ਜਦੋਂ ਨਮਾਜ਼ ਪੜ੍ਹ ਕੇ ਪਿਛਾ ਮੁੜਨ ਲੱਗਾ ਹਜ਼ੂਰ ਦਾ ਜਲਾਲ ਵੇਖਿਆ ਭੈ ਪੀਦ ਹੋ ਗਿਆ ਮਹਾਰਾਜ ਬੋਲੇ ਨਹੀਂ ਤੀਰ ਦੇ ਨਾਲ ਇਸ਼ਾਰਾ ਕੀਤਾ ਵੀ ਅੱਗੇ ਚੱਲ ਉੱਥੇ ਲੱਗ ਗਈ ਇੱਕ ਪਹਾੜੀ ਹੈ ਜਿੱਥੇ ਸਾਦ ਸنگਤ ਜੀ ਅਜਰਤ ਮੁਹੰਮਦ ਸਾਹਿਬ ਜੀ ਨੂੰ ਕੁਰਾਨ ਦੀਆਂ ਆਇਤਾਂ ਉਤਰਦੀਆਂ ਸਨ ਉਹ ਬੜੀ ਪਵਿੱਤਰ ਜਗ੍ਹਾ ਹੈ ਮੁਸਲਮਾਨਾਂ ਵਾਸਤੇ ਉੱਥੇ ਜਾ ਕੇ ਉਹ ਨਮਾਜ਼ ਵੀ ਪੜ੍ਹਦੇ ਐ ਉੱਥੇ ਜਾ ਕੇ ਦੁਆ ਵੀ ਕਰਦੇ ਉਸ ਪਹਾੜ ਦੇ ਲਾਗੇ ਸੱਚੇ ਪਾਤਸ਼ਾਹ ਜੀ ਲੈ ਗਏ ਉੱਥੋਂ ਆਕਾਸ਼ ਬਾਣੀ ਹੋਈ ਔਰੰਗਜ਼ੇਬ ਆਜੋ ਤੇਰੇ ਪਿੱਛੇ ਘੋੜੇ ਤੇ ਸਵਾਰ ਹਨ ਇਹ ਮੇਰਾ ਹੀ ਸਰੂਪ ਹਨ ਮੇਰੇ ਵਿੱਚ ਦਿਨਾਂ 'ਚ ਕੋਈ ਫਰਕ ਨਹੀਂ ਤੂੰ ਇਹਨਾਂ ਦੀ ਬਹੁਤ ਬੇਅਦਵੀਂ ਕੀਤੀ ਐ ਇਹਨਾਂ ਦੇ ਸਹਬਜ਼ਾਦੇ ਸ਼ਹੀਦ ਕੀਤੇ ਐ ਇਹਨਾਂ ਨਾਲ ਕੀਤੇ ਹੋਏ ਵਾਅਦੇ ਤੂੰ ਤੂੰ ਮੁਕਰਿਆ ਹੈ ਹੁਣ ਇਹਨਾਂ ਦਾ ਸਿੰਘ ਚਿੱਠੀ ਲੈ ਕੇ ਤੇਰੇ ਕੋਲ ਪਹੁੰਚਿਆ ਹੈ ਦੱਖਣ ਦੇ ਵਿੱਚ ਤੂੰ ਉਹਨੂੰ ਵੀ ਆਪਣੇ ਦਰਬਾਰ 'ਚ ਨਹੀਂ ਵੜਨ ਦਿੰਦਾ ਇਹਨਾਂ ਦੇ ਸਿੰਘਾਂ ਨੂੰ ਆਪਣੇ ਕੋਲ ਬੁਲਾ ਔਰ ਉਹਨਾਂ ਦੀ ਗੱਲ ਸੁਣ ਇਹ ਹੁਕਮ ਅਕਾਲ ਪੁਰਖ ਪਰਮੇਸ਼ਰ ਵੱਲੋਂ ਐਸਾ ਆਇਆ ਔਰੰਗਜ਼ੇਬ ਕੰਮਣ ਲੱਗ ਪਿਆ ਕਹਿਣ ਲੱਗਾ ਹੁਣੇ ਹੀ ਮੈਂ ਜਾ ਕੇ ਪਹਿਲਾ ਹੀ ਇਹ ਕੰਮ ਕਰਾਂਗਾ ਹਜ਼ੂਰ ਨੇ ਇੱਕ ਕਪੀਰਾ ਛੋਟਾ ਜਿਹਾ ਕੱਟਣ ਵਾਲਾ ਸ਼ਸਤਰ ਹੁੰਦਾ ਹੈ ਚਾਕੂ ਵਰਗਾ ਉਹ ਦਿੱਤਾ ਕਹਿਣ ਲੱਗੇ ਸਾਡੇ ਸਿੰਘਾਂ ਨੂੰ ਦੇ ਦੇਵੀ ਤੇ ਪਾਤਸ਼ਾਹ ਆਪਣੇ ਆਸਣ ਤੇ ਦੀਨੇ ਕੰਗੜ ਆ ਗਏ ਔਰੰਗਜ਼ੇਬ ਔਰੰਗਾਬਾਦ ਅਹਿਮਦਨਗਰ ਆ ਗਿਆ ਆਉਂਦੇ ਆਸਾਰ ਉਹਨੇ ਆਪਣੀ ਹੋਸ਼ ਸੰਭਾਲੀ ਸੁਰਤ ਆਈ ਸਰੀਰ ਵਿੱਚ ਆਇਆ ਕਹਿਣ ਲੱਗਾ ਕੋਈ ਸਿੰਘ ਆਏ ਨੇ ਪੰਜਾਬ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਉਹਨਾਂ ਨੂੰ ਬੁਲਾਓ ਨੌਕਰ ਡਰ ਗਿਆ ਕਹਿਣ ਲੱਗੇ ਜੀ ਉਹਦਾ ਕਈ ਦਿਨਾਂ ਦੇ ਹਜੂਰ ਨੂੰ ਮਿਲਣਾ ਚਾਹੁੰਦੇ ਆ ਪਰ ਆਪ ਜੀ ਦਾ ਹੁਕਮ ਨਹੀਂ ਸੀ ਬਾਦਸ਼ਾਹ ਕਹਿੰਦਾ ਹੁਕਮ ਹੈ ਹੁਣੇ ਲੈ ਕੇ ਆਓ ਉਹ ਗਏ ਭਾਈ ਜੋਰਾ ਸਿੰਘ ਨਾਮ ਦਾ ਕੋਈ ਸਿੰਘ ਸੀ ਉਹਦੇ ਘਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਹੁਕਮ ਜਫਰਨਾਮਾ ਲੈ ਕੇ ਭਾਈ ਦਇਆ ਸਿੰਘ ਧਰਮ ਸਿੰਘ ਜੀ ਠਰੇ ਹੋਏ ਸਨ ਉਹ ਤੇ ਸਲੀਆ ਪਹੁੰਚਿਆ ਭਾਈ ਦਾਸ ਸਿੰਘ ਜੀ ਧਰਮ ਸਿੰਘ ਜੀ ਜਫਰਨਾਮਾ ਸਾਹਿਬ ਲੈ ਕੇ ਬਾਦਸ਼ਾਹ ਦੀ ਕਚਹਿਰੀ ਚ ਪਹੁੰਚੇ ਜਦੋਂ ਕਚਹਿਰੀ ਚ ਵੜੇ ਗੱਜ ਕੇ ਫਤੇ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਚਹਿਰੀ ਗੂੰਜ ਗਈ ਔਰੰਗਜ਼ੇਬ ਕਹਿੰਦਾ ਸੀ ਜਿਹੜਾ ਮੈਨੂੰ ਉਹਨੂੰ ਪਤਾ ਸੀ ਕਿ ਜਿਸ ਦਿਨ ਕੋਈ ਆ ਕੇ ਕਹੇਗਾ ਨਾ ਵੀ ਖਾਲਸਾ ਪ੍ਰਗਟ ਹੋ ਗਿਆ ਉਸ ਦਿਨ ਮੇਰਾ ਰਾਜ ਖਤਮ ਹੋ ਜਾਏਗਾ ਉਸ ਦਿਨ ਮੇਰਾ ਪੁੱਠਾ ਗੇੜਾ ਸ਼ੁਰੂ ਹੋ ਜਾਏਗਾ ਕਹਿਣ ਲੱਗਾ ਦਇਆ ਸਿੰਘ ਜੀ ਨੂੰ ਪੁੱਛਣ ਲੱਗਾ ਕਹਿੰਦਾ ਭਾਈ ਸਾਹਿਬ ਖਾਲਸਾ ਪ੍ਰਗਟ ਹੋ ਗਿਆ ਨਾਲੇ ਔਰੰਗਜ਼ੇਬ ਇਹ ਕਹਿੰਦਾ ਸੀ ਵੀ ਜਿਹੜਾ ਕੋਈ ਮੈਨੂੰ ਆ ਕੇ ਦੱਸੇਗਾ ਨਾ ਵੀ ਖਾਲਸਾ ਪ੍ਰਗਟ ਹੋ ਗਿਆ ਮੈਂ ਉਹਦੀ ਜ਼बान ਕਟਵਾ ਦੇਵਾਂਗਾ ਉਹ ਇਹ ਵੀ ਨਾ ਕੋਈ ਦੱਸੇ ਡਰਦਾ ਮਾਰਾ ਇਹੋ ਜਿਹੇ ਲੋਕ ਜਿਹੜੇ ਹੁੰਦੇ ਨੇ ਨਾ ਵਹਿਮੀ ਬੜੇ ਹੁੰਦੇ ਭਰਮਾਂ 'ਚ ਬੜੇ ਜੋਤਸ਼ੀਆਂ ਨੇ ਜੋ ਕਿਹਾ ਹੋਵੇ ਉਹ ਜੋਤਸ਼ੀਆਂ ਤੋਂ ਪੁੱਛ-ਪੁੱਛ ਕੇ ਕੰਮ ਕਰਦੇ ਆ ਨਜ਼ੂਮੀਆਂ ਤੋਂ ਬਾਦਸ਼ਾਹ ਲੋਕ ਅੱਜ ਵੀ ਦੇਖੋ ਕਿੰਨੇ ਪੜੇ ਲਿਖੇ ਆ ਪਰ ਇਹਨਾਂ ਚੀਜ਼ਾਂ ਦੇ ਉੱਤੇ ਬੜਾ ਵਿਸ਼ਵਾਸ ਹੈ ਉਹਨਾਂ ਦਿਨਾਂ ਵਿੱਚ ਤਾਂ ਜ਼ਿਆਦਾ ਸੀ ਸੋ ਰੰਗਜੀਬ ਕਹਿਣ ਲੱਗਾ ਵੀ ਜਿਹੜਾ ਮੇਰੇ ਕੋਲ ਆ ਕੇ ਕਹੇਗਾ ਵੀ ਖਾਲਸਾ ਪ੍ਰਗਟ ਹੋ ਗਿਆ ਉਹਦੀ ਜ਼ੁਬਾਨ ਕਟਵਾ ਦੇਾਂਗਾ ਭਾਈ ਦਇਆ ਸਿੰਘ ਨੂੰ ਪਤਾ ਸੀ ਵੀ ਇਹ ਕਿਉਂ ਪੁੱਛਦਾ ਰੰਜੀਤ ਸਿੰਘ ਕਹਿੰਦਾ ਭਾਈ ਸਾਹਿਬ ਖਾਲਸਾ ਪ੍ਰਗਟ ਹੋ ਗਿਆ ਭਾਈ ਸਾਹਿਬ ਕਹਿੰਦੇ ਜੀ ਹਜ਼ੂਰ ਹੀ ਜਾਣ ਤੁਸੀ ਜਾਣੋ ਫਿਰ ਕਹਿੰਦਾ ਮੈਂ ਤੁਹਾਨੂੰ ਪੁੱਛਦਾ ਖਾਲਸਾ ਪ੍ਰਗਟ ਹੋ ਗਿਆ ਭਾਈ ਸਾਹਿਬ ਕਹਿੰਦੇ ਆਪ ਜੀ ਜਾਣੋ ਤੀਜੀ ਵਾਰੀ ਫਿਰ ਮੈਂ ਪੁੱਛਦਾ ਖਾਲਸਾ ਪ੍ਰਗਟ ਹੋ ਗਿਆ ਭਾਈ ਸਾਹਿਬ ਕਹਿੰਦੇ ਅਸੀਂ ਵੀ ਤੁਹਾਡੇ ਮੂੰਹ ਤੋਂ ਸੁਣ ਰਹੇ ਹਾਂ ਆਖੋ ਸਤਨਾਮ ਕੋਲ ਕਾਜੀ ਬੈਠਾ ਸੀ ਕਾਜੀ ਕਹਿਣ ਲੱਗਾ ਸੈਨशाह ਆਪ ਜੀ ਨੇ ਜਿਹੜਾ ਕਾਨੂੰਨ ਬਣਾਇਆ ਸੀ ਉਹਦੇ 'ਚ ਤਾਂ ਆਪ ਹੀ ਫਸ ਗਏ ਹੋ ਜਿਹੜਾ ਕਹੇਗਾ ਖਾਲਸਾ ਪ੍ਰਗਟ ਹੋ ਗਿਆ ਉਹਦੀ ਜ਼ੁਬਾਨ ਕੱਟੀ ਜਾਏਗੀ ਇਹਦੇ ਤੁਸੀਂ ਆਪ ਕਹਿ ਰਹੇ ਹੋ ਬਾਦਸ਼ਾਹ ਸੁਣ ਹੋ ਗਿਆ ਕਹਿਣ ਲੱਗਾ ਹਾਂ ਮੈਂ ਆਪਣੇ ਮੂੰਹ ਤੋਂ ਕਹਤਾ ਕਾਜੀ ਕਹਿੰਦਾ ਹਾਂ ਮਹਾਰਾ ਜ ਤੁਸੀਂ ਆਪਣੇ ਮੂੰਹ ਤੋਂ ਕਹਿਤਾ ਪਾਈ ਦਿਆ ਸਿੰਘ ਹਸ ਰੇ ਮੁਸਕਰਾ ਰੇ ਦੇਖੋ ਬਾਦਸ਼ਾਹ ਕਿਵੇਂ ਕਾਨੂੰਨ ਚ ਫਸ ਗਿਆ ਖਾਲਸੇ ਦੇ ਕਹਿੰਦੇ ਹੁਣ ਹੁਣ ਤਾਂ ਮੇਰੀ ਜ਼ਬਾਨ ਕੱਟੀ ਜਾਣੀ ਐ ਕਾਜੀ ਕਹਿੰਦਾ ਅਖ਼ਰ ਤਾਂ ਇਦਾਂ ਹੀ ਕਹਿੰਦੀ ਐ ਪਰ ਕੋਈ ਰਾਹ ਕੱਢ ਲੈਨੇ ਕਹਿੰਦੇ ਕੀ ਰਾਹ ਪੰਡਤਾਂ ਕਾਜ਼ੀਆਂ ਕੋਲ ਰਸਤੇ ਬੜੇ ਹੁੰਦੇ ਕਹਿੰਦੇ ਇੱਕ ਰਾਹ ਹੈ ਬਈ ਸੋਨੇ ਦੀ ਜ਼ਬਾਨ ਬਣਾਓ ਕੱਟ ਕੇ ਮੈਨੂੰ ਦੇ ਦਿਓ ਲੋਹੇ ਦੀ ਸੋਨੇ ਦੀ ਜ਼ਬਾਨ 4-5 ਤੋਲੇ ਦੀ ਤਾਂ ਬਣੇਗੀ 4-5 ਤੋਲੇ ਸੋਨਾ ਕਾਜੀ ਦੇ ਘਰ ਜਾਏਗਾ ਕਾਜੀ ਨੇ ਆਪਣਾ ਰਾਹ ਵੇਖਿਆ ਬਣਾਈ ਸੋਨੇ ਦੀ ਜ਼ਬਾਨ ਕੱਟ ਕੇ ਲੈ ਗਿਆ ਰਸਮ ਪੂਰੀ ਹੋ ਗਈ ਸ਼ਰਾ ਬਣਾਤੀ ਚਲੋ ਰਾਂਗੇ ਸੇਵ ਕਹਿੰਦਾ ਭਾਈ ਸਾਹਿਬ ਕੀ ਲੈ ਕੇ ਆਏ ਹੁਕਮ ਭਾਈ ਸਾਹਿਬ ਕਹਿੰਦੇ ਹਜ਼ੂਰ ਕਲਕੀ ਧਰਮ ਮਹਾਰਾਜ ਦਾ ਹੁਕਮ ਹੈ ਉਹਨਾਂ ਦਾ ਹੱਥ ਦਾ ਲਿਖਿਆ ਹੋਇਆ ਜਫਰਨਾਮਾ ਤੁਹਾਡੇ ਵਾਸਤੇ ਪੜੋ ਬਾਦਸ਼ਾਹ ਨੇ ਬੜੇ ਸਤਿਕਾਰ ਨਾਲ ਜਫਰਨਾਮਾ ਲਿਆ ਫਿਰ ਪੁੱਛਦਾ ਭਾਈ ਸਾਹਿਬ ਜੋ ਤੁਹਾਡੇ ਗੁਰੂ ਹਨ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਬਾਰੇ ਲੋਕਾਂ ਤੋਂ ਮੈਂ ਸੁਣਿਆ ਕਈ ਲੋਕ ਕਹਿੰਦੇ ਉਹਨਾਂ ਕੋਲ ਬੜੀ ਕਰਾਮਾਤ ਹੈ ਉਨ੍ਹਾਂ ਕੋਲ ਗੈਬੀ ਸ਼ਕਤੀ ਹੈ ਰੂਹਾਨੀ ਸ਼ਕਤੀ ਹੈ ਕੀ ਗੁਰੂ ਗਵੰਦ ਸਿੰਘ ਕੋਲ ਕੋਈ ਗੈਬੀ ਸ਼ਕਤੀ ਹੈ ਕੋਈ ਰੂਹਾਨੀ ਰੂਹਾਨੀਅਤ ਦੀ ਤਾਕਤ ਹੈ ਭਾਈ ਦਇਆ ਸਿੰਘ ਕਹਿਣ ਲੱਗੇ ਬਾਦਸ਼ਾਹ ਗੁਰੂ ਗਵੰਦ ਸਿੰਘ ਬਾਰੇ ਤਾਂ ਮੈਂ ਨਹੀਂ ਕਹਿ ਸਕਦਾ ਉਹਨਾਂ ਦੀ ਤਾਕਤ ਬਾਰੇ ਉਹਨਾਂ ਦੀ ਸ਼ਕਤੀ ਬਾਰੇ ਇਨਸਾਨ ਨਹੀਂ ਕੁਝ ਕਹਿ ਸਕਦਾ ਇਹ ਕਹਿ ਸਕਦਾ ਹਾਂ ਕਿ ਗੁਰੂ ਗੋਬਿੰਦ ਸਿੰਘ ਦੇ ਕੁੱਤਿਆਂ ਵਿੱਚ ਵੀ ਬੜੀ ਕਰਾਮਾਤ ਹੈ। ਔਰੰਗਜ਼ੇਬ ਕਹਿੰਦਾ ਇਹ ਗੱਲਾਂ ਮੈਂ ਬਹੁਤ ਸੁਣੀਆਂ ਨੇ ਕਿ ਫੁਲਾਣੇ ਪੀਰ ਦੇ ਕੁੱਤਿਆਂ ਵਿੱਚ ਕਰਾਮਾਤ ਹੈ ਫੁਲਾਣੇ ਸੰਤ ਦੇ ਕੁੱਤੇ ਐਵੇਂ ਜਿਹਾ ਕਰਾਮਾਤ ਹੈ ਫੁਲਾਣੇ ਗੁਰੂ ਦੇ ਕੁੱਤਿਆਂ ਵਿੱਚ ਕਰਾਮਾਤ ਹੈ ਪਰ ਮੈਂ ਅੱਜ ਤਾਈਂ ਕਿਸੇ ਕੁੱਤੇ ਦੀ ਕਰਾਮਾਤ ਨਹੀਂ ਵੇਖੀ। ਔਰੰਗਜ਼ੇਬ ਕਹਿਣ ਲੱਗਾ ਮੈਂ ਨਹੀਂ ਵੇਖੀ। ਭਾਈ ਸਾਹਿਬ ਕਹਿੰਦੇ ਨਹੀਂ ਵੇਖੀ ਤਾਂ ਵੱਖਰੀ ਗੱਲ ਐ ਪਰ ਅਸੀਂ ਵੇਖੀ ਐ ਕਿ ਸ੍ਰੀ ਕਲਗੀਧਰ ਮਹਾਰਾਜ ਜੀ ਦੇ ਕੁੱਤਿਆਂ ਵਿੱਚ ਬੜੀ ਕਰਾਮਾਤ ਹੈ ਰੰਗਜੀਤ ਕਹਿੰਦਾ ਫਿਰ ਦਿਖਾਓ ਮੈਨੂੰ ਭਾਈ ਸਾਹਿਬ ਕਹਿੰਦੇ ਨਾ ਦੇਖ ਤਾਂ ਚੰਗਾ ਰਹੇਗਾ ਨਾ ਦੇਖ ਮੰਨ ਨਹੀਂ ਲੈ ਸਾਧ ਸੰਗਤ ਜੀ ਜਿਹੜੇ ਲੋਕ ਦੇਖਣ ਨੂੰ ਤੁਰਦੇ ਐ ਨਾ ਅਨਤ ਕੋ ਚਾਹਨ ਜੋਗੇ ਸੇ ਆਏ ਅਨਤ ਗਵਾਏ ਉਹ ਅਨੰਤ ਪ੍ਰਭੂ ਹੈ ਉਹਦੀ ਥਾ ਪਾਣ ਨਹੀਂ ਜਾਣਾ ਚਾਹੀਦਾ ਜਿੱਦ ਨਹੀਂ ਕਰਨੀ ਚਾਹੀਦੀ ਕਈ ਕਹਿੰਦੇ ਹੁਣੇ ਦਿਖਾਓ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਬਹਾਦਰ ਸ਼ਾਹ ਦੇ ਕੋਲ ਆਗਰੇ ਕਾਜ਼ੀ ਨੇ ਜਿੱਦ ਨਾਲ ਪੁੱਛਿਆ ਕਰਾਮਾਤ ਦਿਖਾਓ ਮਹਾਰਾਜ ਕਹਿਣ ਲੱਗੇ ਕਾਜ਼ੀ ਸਾਹਿਬ ਆ ਲਓ ਕਰਾਮਾਤ ਸੋਨੇ ਦੀਆਂ ਮੋਹਰਾਂ ਕੱਢ ਕੇ ਅੱਗੇ ਰੱਖਤੀਆਂ ਬਾਦਸ਼ਾਹ ਕਹਿੰਦੇ ਆ ਬੜੀ ਵੱਡੀ ਕਰਾਮਾਤ ਐਸਾ ਬੜੀ ਵੱਡੀ ਕਰਾਮਾਤ ਹੈ ਕਹਿੰਦਾ ਗੁਰੂ ਜੀ ਇਹ ਤਾਂ ਮੈਨੂੰ ਪਤਾ ਹੈ ਕੋਈ ਇਸ ਤੋਂ ਵੱਡੀ ਕਰਾਮਾਤ ਮਹਾਰਾਜ ਕਹਿੰਦੇ ਇਸ ਤੋਂ ਵੱਡੀ ਕਰਾਮਾਤ ਹੈ ਕਿ ਕਿਸੇ ਬੰਦੇ ਦੇ ਨਾਲ 10 ਵੀ ਬੰਦੇ ਤੁਰਦੇ ਹੋਣ ਜਮਾਤ ਕਰਾਮਾਤ ਹੈ ਇੱਕ ਬੰਦਾ ਹੈ ਉਹਦੇ ਨਾਲ 10 ਵੀ ਗਲੀ ਮੁਹੱਲੇ ਦੇ ਉਹਦੇ ਭਾਈਵੰਦ ਹਨ ਉਹਦੀ ਗੱਲ ਮੰਨਦੇ ਹਨ ਉਹਦੀ ਹਾਂਚ ਹਾਂ ਮਿਲਾਂਦੇ ਹਨ ਉਹਦੀ ਗਵਾਹੀ ਦਿੰਦੇ ਨੇ ਉਹਦੀ ਜ਼ਿੰਮੇਵਾਰੀ ਲੈਂਦੇ ਦੁੱਖ ਸੁੱਖ ਦੀ